ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਆਦਬ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਆਓ ਦੋਸਤੋ ਅੱਜ ਜਿਹੜੀਆਂ ਖਬਰਾਂ ਨੂੰ ਆਧਾਰ ਬਣਾਵਾਂਗੇ ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹ ਤੁਹਾਡੇ ਨਾਲ ਸਾਂਝੀਆਂ ਕਰਾਂ 트럼ਪ ਖਿਲਾਫ ਮਹਾ ਦੋਸ਼ਤੀ ਸੰਵਿਧਾਨਕਤਾ ਤੇ ਸੈਨਟ ਨੇ ਲਗਾਈ ਮੋਹਰ ਅਮਰੀਕਾ ਵਿੱਚ ਇੱਕ ਭਾਰਤੀ ਕੰਪਨੀ 350 ਕਰੋੜ ਦਾ ਭਰੇਗੀ ਜੁਰਮਾਨਾ 9 ਦੀਪ ਦੇ ਹੱਕ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਉਠਣ ਲੱਗੀ ਆਵਾਜ਼ ਭਾਰਤ ਦੀਆਂ ਜੇਲਾ ਵਿੱਚ ਬੰਦ ਲਗਭਗ 70% ਕੈਦੀ ਅਨਸੂਚਿਤ ਅਤੇ ਪਛੜੀਆਂ ਜਾਤੀਆਂ ਨਾਲ ਸੰਬੰਧਿਤ ਸਰਕਾਰ ਨੇ ਦੱਸਿਆ ਟਰੈਕਟਰ ਪਰੇਡ ਵਾਲੇ ਦਿਨ ਸ਼ਹੀਦ ਹੋਣ ਵਾਲੇ ਨਵਰੀਦ ਦੇ ਪਰਿਵਾਰ ਨੇ ਹਾਈ ਕੋਰਟ ਦਾ ਖੜਕਾਇਆ ਦਰਵਾਜ਼ਾ ਸੰਜੁਕਤ ਕਿਸਾਨ ਮੋਰਚੇ ਨੇ ਅੰਦੋਲਨ ਤੇਜ਼ ਕਰਨ ਲਈ ਕੀਤੇ ਕਈ ਅਹਿਮ ਫੈਸਲੇ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਨੇ ਫਿਰ ਅੰਦੋਲਨਕਾਰੀ ਅਤੇ ਅੰਦੋਲਨ ਜੀਵੀ ਵਿਚਲੇ ਫਰਕ ਨੂੰ ਸਮਝਣ ਤੇ ਦਿੱਤਾ ਜ਼ੋਰ ਅਤੇ ਸਿੰਘੂ ਸਰਹੱਦ ਤੇ ਮੋਗਾ ਜ਼ਿਲ੍ਹੇ ਦਾ ਕਿਸਾਨ ਹੋਇਆ ਸ਼ਹੀਦ ਦੋਸਤੋ ਇਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾਵਾਂਗੇ ਜਿਨ੍ਹਾਂ ਦੇ ਉੱਤੇ ਵਿਸਥਾਰ ਨਾਲ ਚਰਚਾ ਕਰਾਂਗੇ ਪਰ ਇਸ ਤੋਂ ਪਹਿਲਾਂ ਕਿ ਇਹਨਾਂ ਸਾਰੀਆਂ ਖਬਰਾਂ ਦੀ ਤਹਿ ਤੱਕ ਜਾਈਏ ਗਹਿਰਾਈ ਤੱਕ ਜਾਈਏ ਖਬਰਾਂ ਸਾਂਝੀਆਂ ਕਰੀਏ ਤੇ ਕੁਝ ਟਿੱਪਣੀਆਂ ਨਾਲ ਕਰੀਆਂ ਜਾਣ ਉਸ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਨੱਪ ਲੈਣੀ ਤੇ ਆਓ ਹੁਣ ਸਭ ਤੋਂ ਪਹਿਲਾਂ ਅਮਰੀਕਾ ਵਾਲੇ ਪਾਸਿਓਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਅਮਰੀਕਾ ਦੇ ਸਾਬਕਾ ਸਦਰ ਡੋਨਲਡ ਟਰੰਪ ਉਹਨਾਂ ਦੇ ਖਿਲਾਫ ਸੈਨੇਟ ਦੇ ਵਿੱਚ ਮਹਾਦੋਸ਼ ਦੀ ਕਾਰਵਾਈ ਤੇ ਸੰਵਿਧਾਨਕਤਾ ਵਾਸਤੇ ਇੱਕ VOTING ਹੋਈ VOTING ਦੇ ਵਿੱਚ 6 ਰਿਪਬਲਿਕਨ ਮੈਂਬਰ ਭਾਵ ਰਿਪਬਲਿਕਨ ਪਾਰਟੀ ਡੋਨਲਡ ਟਰੰਪ ਹੋਰਾਂ ਦੀ ਆਪਣੀ ਪਾਰਟੀ ਹੈ। ਉਹਨਾਂ ਦੀ ਪਾਰਟੀ ਦੇ 6 ਮੈਂਬਰਾਂ ਨੇ ਦੂਸਰੀ ਵਿਰੋਧੀ ਧਿਰ ਡੈਮੋਕ੍ਰੇਟ ਦਾ ਸਾਥ ਦੇ ਦਿੱਤਾ ਹੈ। ਸੈਨੇਟ ਨੇ ਟਰੰਪ ਦੇ ਖਿਲਾਫ ਮਹਾਦੋਸ਼ ਦੀ ਕਾਰਵਾਈ ਦੀ ਸੰਵਿਧਾਨਕਤਾ ਤੇ 44 ਦੇ ਮੁਕਾਬਲੇ 56 ਵੋਟਾਂ ਦੇ ਨਾਲ ਮੋਹਰ ਲਾ ਦਿੱਤੀ ਹੈ। ਇਸ ਦੇ ਨਾਲ ਹੀ ਹੁਣ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਤੇ ਮਹਾਦੋਸ਼ ਦੀ ਕਾਰਵਾਈ ਸ਼ੁਰੂ ਕਰਨ ਦਾ ਰਸਤਾ ਪਧਰਾ ਹੋ ਗਿਆ ਹੈ। ਮਹਾਦੋਸ਼ ਤਹਿਤ ਉਹਨਾਂ ਦੇ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਦੇ ਵਾਸਤੇ ਬੀਤੀ 6 ਜਨਵਰੀ ਨੂੰ ਅਮਰੀਕੀ ਸੰਸਦ ਭਵਨ ਜਿਸ ਨੂੰ ਕੈਪੀਟਲ ਹਿੱਲ ਆਖਿਆ ਜਾਂਦਾ ਹੈ ਉਹਦੇ ਬਾਹਰ ਅਤੇ ਉਹਦੇ ਅੰਦਰ ਦੰਗੇ ਪੜਗਾਉਣ ਦੇ ਦੋਸ਼ ਲੱਗੇ ਹੋਏ ਨੇ ਦਲੀਲਾਂ ਰੱਖਣ ਦੀ ਪ੍ਰਤੀਕਿਰਿਆ ਅੱਜ ਸ਼ੁਰੂ ਹੋ ਗਈ ਹੈ ਦੋਵਾਂ ਧਿਰਾਂ ਨੂੰ 16-16 ਘੰਟੇ ਦਿੱਤੇ ਜਾਣਗੇ ਤੇ ਇਸ ਤੋਂ ਬਾਅਦ 100 ਮੈਂਬਰੀ ਸੈਨੇਟ ਦੇ ਵਿੱਚ ਟਰੰਪ ਦੇ ਮਹਾਦੋਸ਼ ਤੇ ਵੋਟਿੰਗ ਕੀਤੀ ਜਾਏਗੀ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਦੋ ਮਾਈ ਪਾਰਟੀਆਂ ਦੇ ਇਸ ਸਦਨ ਦੇ ਵਿੱਚ ਭਾਵ ਸੈਨੇਟ ਦੇ ਵਿੱਚ 50-50 ਮੈਂਬਰ ਨੇ ਟਰੰਪ ਤੇ ਮਹਾਦੋਸ਼ ਚਲਾਉਣ ਦੇ ਲਈ ਸੈਨੇਟ ਨੂੰ ਇਸ ਪ੍ਰਸਤਾਵ ਨੂੰ ਪਾਸ ਕਰਨ ਦੇ ਵਾਸਤੇ 67 ਵੋਟਾਂ ਚਾਹੀਦੀਆਂ ਹੋਣਗੀਆਂ ਸੈਨੇਟ ਨੇ ਸ਼ੁਰੂ ਵਿੱਚ ਟਰੰਪ ਖਿਲਾਫ ਮਹਾਦੋਸ਼ਤੀ ਪ੍ਰਕਿਰਿਆ ਵਿੱਚ ਮੰਗਲਵਾਰ ਨੂੰ 6 ਰਿਪਬਲਿਕਨ ਮੈਂਬਰਾਂ ਨੇ ਡੈਮੋਕ੍ਰੈਟਿਕ ਪਾਰਟੀ ਦਾ ਸਾਥ ਦਿੱਤਾ ਪਰ ਜੇ ਅੱਗੇ ਦੀ ਪ੍ਰਕਿਰਿਆ ਸਿਰੇ ਲਾਉਣੀ ਹੋਈ ਤਾਂ ਘੱਟੋ-ਘੱਟ 11 ਹੋਰ ਰਿਪਬਲਿਕਨ ਸੰਸਦ ਹੋਣਗੇ ਜਿਨ੍ਹਾਂ ਨੂੰ ਡੈਮੋਕ੍ਰੇਟਸ ਦਾ ਸਾਥ ਦੇਣਾ ਪਵੇਗਾ। ਮਹਾਦੋਸ਼ਤੀ ਕਾਰਵਾਈ ਅੱਜ ਦੁਪਹਿਰ ਵਕਤ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦੇ ਖਿਲਾਫ ਮਹਾਦੋਸ਼ਤੀ ਪ੍ਰਕਿਰਿਆ ਅਮਰੀਕਾ ਦੇ ਵਿੱਚ ਸਿਰਫ 3 ਵਾਰ ਹੋਈ ਹੈ। ਜਿਸ ਦੇ ਵਿੱਚ ਉਸ ਵਕਤ ਦੇ ਐਂਡਰਿਊ ਜੌਨਸਨ ਜਿਹੜੇ ਰਾਸ਼ਟਰਪਤੀ ਸਨ, ਉਹਨਾਂ ਤੋਂ ਬਾਅਦ ਬਿਲ ਕਲਿੰਟਨ ਅਤੇ ਤੀਸਰੀ ਵਾਰ ਰਾਸ਼ਟਰਪਤੀ ਟਰੰਪ ਦੇ ਖਿਲਾਫ ਹੀ ਮਹਾਦੋਸ਼ਤੀ ਕਾਰਵਾਈ ਸ਼ੁਰੂ ਹੋਈ ਸੀ ਤੇ ਟਰੰਪ ਦੇ ਖਿਲਾਫ ਮਹਾਦੋਸ਼ ਦੀ ਕਾਰਵਾਈ ਦੂਸਰੀ ਵਾਰ ਸ਼ੁਰੂ ਹੋ ਚੁੱਕੀ ਹੈ ਤੇ ਉੱਥੇ ਹੀ 트ੰਪ ਮਹਾਦੋਸ਼ ਦੀ ਸੁਣਵਾਈ ਦੇ ਪਹਿਲੇ ਦਿਨ ਆਪਣੇ ਅਟਾਰਨੀ ਦੇ ਪ੍ਰਦਰਸ਼ਨ ਤੋਂ ਨਾਰਾਜ਼ ਆਏ ਨਜ਼ਰ ਆਏ 트ੰਪ ਫਲੋਰੀਡਾ ਦੇ ਪਾਮ ਖੇਤਰ ਦੇ ਵਿੱਚ ਮਾਰਾ ਲਾਗੋ ਕਲੱਬ ਤੋਂ ਵਾਸ਼ਿੰਗਟਨ ਦੇ ਵਿੱਚ ਹੋ ਰਹੀ ਸਾਰੀ ਸੁਣਵਾਈ ਦਾ ਅੱਖੀ ਡੇਠਾ ਹਾਲ ਟੀਵੀ ਤੇ ਬੈਠੇ ਦੇਖਦੇ ਰਹੇ 트ੰਪ ਦੇ ਸਹਿਯੋਗੀਆਂ ਨੇ ਵੀ ਆਪਣੇ ਵਕੀਲਾਂ ਤੇ ਗੁੱਸਾ ਪ੍ਰਗਟਾਇਆ ਕੁਝ ਰਿਪਬਲਿਕਨ ਸੰਸਥਾ ਨੇ ਵੀ ਟਰੰਪ ਟੀਮ ਦੇ ਪ੍ਰਦਰਸ਼ਨ ਤੇ ਨਿਰਾਸ਼ਗੀ ਪ੍ਰਗਟਾਈ ਹੈ ਭਾਵ ਵੰਡੇ ਹੋਏ ਨਜ਼ਰ ਆ ਰਹੇ ਨੇ ਕੁਝ ਰਿਪਬਲਿਕ ਨੇ ਇਸਦੀ ਵਿਰੋਧਤਾ ਕਰ ਰਹੇ ਨੇ ਕੁਝ ਰਿਪਬਲਿਕ ਨੇ ਇਸਦਾ ਸਾਥ ਦੇ ਰਹੇ ਨੇ ਟਰੰਪ ਤੇ ਮਹਾਦੋਸ਼ ਦੀ ਜਿਹੜੀ ਪਹਿਲੀ ਕਾਰਵਾਈ ਵੇਲੇ ਉਹਨਾਂ ਦੇ ਪੱਖ ਵਿੱਚ ਦਲੀਲਾਂ ਰੱਖਣ ਵਾਲੇ ਅਟਾਰਨੀ ਐਲਨ ਉਹਨਾਂ ਨੇ ਵੀ ਕਿਹਾ ਕਿ ਕੋਈ ਬਹਿਸ ਨਹੀਂ ਹੋਈ ਮੈਨੂੰ ਸਮਝ ਨਹੀਂ ਆ ਰਹੀ ਕਿ ਵਕੀਲ ਕੀ ਕਰ ਰਹੇ ਨੇ ਟਰੰਪ ਦੇ ਸਾਬਕਾ ਕਾਰੋਬਾਰੀ ਸਲਾਹਕਾਰ ਪੀਟਰ ਨਵੇਰੋ ਨੇ ਵੀ ਸਾਬਕਾ ਰਾਸ਼ਟਰਪਤੀ ਨੂੰ ਆਪਣੀ ਕਾਨੂੰਨੀ ਟੀਮ ਨੂੰ ਹਟਾਉਣ ਅਤੇ ਸਣਵਾਈ ਤੋਂ ਪਹਿਲਾਂ ਦੂਸਰੇ ਵਕੀਲ ਨੂੰ ਪੈਰ ਵੀ ਕਰਨ ਵਾਲੀ ਟੀਮ ਰੱਖਣ ਦਾ ਸੁਝਾਅ ਦਿੱਤਾ ਹੈ ਹੁਣ ਵੇਖਦੇ ਹਾਂ ਕਿ ਕੀ 11 ਹੋਰ ਰਿਪਬਲਿਕਨ ਸੰਸਦ ਮੈਂਬਰ ਡੈਮੋਕ੍ਰੇਟਸ ਦਾ ਸਾਥ ਦਿੰਦੇ ਆ ਜੇ ਦਿੰਦੇ ਆ ਤਾਂ ਇਹ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਏਗਾ ਕਿ ਕਿਸੇ ਰਾਸ਼ਟਰਪਤੀ ਨੂੰ ਆਪਣੇ ਗੱਦੀ ਤੋਂ ਲਾਂਭੇ ਹੋ ਜਾਣ ਤੋਂ ਬਾਅਦ ਮਹਾਦੋਸ਼ ਦਾ ਸਾਹਮਣਾ ਵੀ ਕਰਨਾ ਪਿਆ ਹੋਵੇ ਅਤੇ ਉਹਨਾਂ ਦੇ ਖਿਲਾਫ ਉਹ 임ਪੀਚਮੈਂਟ ਹੋ ਵੀ ਗਈ ਹੋਵੇ ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੇ ਨਤੀਜੇ ਕੀ ਸਾਹਮਣੇ ਆਉਂਦੇ ਆ ਪਰ ਦੱਸਣਾ ਬਣਦਾ ਕਿ ਇਸ ਦੰਗਿਆਂ ਦੇ ਵਿਚਕਾਰ ਪੰਜ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਸੀ ਕਾਰਨ ਸਿਰਫ ਇਹ ਨਹੀਂ ਸੀ ਕਿ 6 ਜਨਵਰੀ 2021 ਵਾਲੇ ਦਿਨ ਕੈਪੀਟਲ ਹਿੱਲ ਦੇ ਵਿੱਚ ਇਸ ਗੱਲ ਦੇ ਉੱਤੇ ਮੋਹਰ ਲਗਾਈ ਜਾ ਰਹੀ ਸੀ ਕਿ ਜੋ ਬਾਈਡਨ ਜਿੱਤੇ ਹੈ ਤੇ ਰਾਸ਼ਟਰਪਤੀ 트럼ਪ ਚੋਣਾਂ ਹਾਰੇ ਹੈ ਪਰ ਰਾਸ਼ਟਰਪਤੀ 트럼ਪ ਨੂੰ ਇਹ ਗੱਲ ਰਾਸ ਨਹੀਂ ਸਈ ਆਈ ਇਸ ਕਰਕੇ ਉਹਨਾਂ ਨੇ ਕੁਝ ਟਵੀਟ ਕੀਤੇ ਸਨ ਜਿਸ ਕਾਰਨ ਉਹਨਾਂ ਦਾ ਟਵਿੱਟਰ ਖਾਤਾ ਬੰਦ ਕੀਤਾ ਗਿਆ ਕੁਝ ਇੱਕ ਵੀਡੀਓ YouTube ਤੇ ਅਪਲੋਡ ਕੀਤੇ ਸਨ YouTube ਨੇ ਉਹ ਵੀਡੀਓ ਹਟਾਏ ਇਸੇ ਤਰ੍ਹਾਂ Facebook ਨੇ ਵੀ ਕਈ ਉਹਨਾਂ ਦੇ ਵੀਡੀਓ ਹਟਾ ਦਿੱਤੇ ਸਨ ਭਾਵ ਸੋਸ਼ਲ ਮੀਡੀਆ ਦੇ ਉਤੋਂ ਉਹਨਾਂ ਦੇ ਉੱਤੇ ਪਾਬੰਦੀ ਦਾ ਐਲਾਨ ਵੀ ਇਹਨਾਂ ਘਟਨਾਵਾਂ ਨੂੰ ਲੈ ਕੇ ਹੀ ਹੋਇਆ ਸੀ ਅਗਲੀ ਖਬਰ ਇਹ ਵੀ ਅਮਰੀਕਾ ਵਾਲੇ ਪਾਸਿਓਂ ਆ ਪਰ ਇਹਦੇ ਵਿੱਚ ਇੱਕ ਭਾਰਤੀ ਕੰਪਨੀ ਇਨਵੋਲਡ ਹੈ ਤੁਸੀਂ ਦੇਖੋ ਕਿ ਖੂਨ ਦੇ ਵਿੱਚ ਬਦੀਆਂ ਬਦਨੀਤੀ ਭ੍ਰਿਸ਼ਟਾਚਾਰੀ ਰਿਸ਼ਵਤਖੋਰੀ ਸਾਡੇ ਖੂਨ ਦੇ ਵਿੱਚ ਕਿਸ ਕਦਰ ਘਰ ਕਰ ਚੁੱਕੀ ਹੈ ਇੱਕ ਕੈਂਸਰ ਦੀ ਦਵਾਈ ਬਣਾਉਣ ਵਾਲੀ ਕੰਪਨੀ ਹੈ ਤੇ ਕੰਪਨੀ ਭਾਰਤੀ ਹੈ ਉਹਦੇ ਉੱਤੇ ਦੋਸ਼ ਨਹੀਂ ਲੱਗੇ ਸਕੋ ਅਦਾਲਤ ਵਿੱਚ ਉਸਨੇ ਖੁਦ ਆਪਣੀ ਗਲਤੀ ਮੰਨੀ ਹੈ ਸਵੀਕਾਰਿਆ ਹੈ ਕਿ ਅਮਰੀਕੀ ਅਧਿਕਾਰੀਆਂ ਦੇ ਵੱਲੋਂ ਪੱਛਮੀ ਬਗਾਲ ਦੇ ਕਲਿਆਣੀ ਦੇ ਸਥਿਤ ਉਸਤੇ ਪਲਾਂਟ ਦਾ ਨਰੀਖਣ ਕਰਨ ਤੋਂ ਪਹਿਲਾਂ ਨਾ ਸਿਰਫ ਉਹਨਾਂ ਨੇ ਕੁਝ ਰਿਕਾਰਡ ਲਗਾਏ ਬਲਕਿ ਕੁਝ ਰਿਕਾਰਡ ਉਹਨਾਂ ਨੇ ਤਬਾਹ ਵੀ ਕੀਤਾ ਨਸ਼ਟ ਵੀ ਕੀਤਾ ਕੰਪਨੀ ਨੇ ਆਪਣੀ ਗਲਤੀ ਸਵੀਕਾਰ ਕਰਦੇ ਹੋਏ ਲਗਭਗ 50 ਮਿਲੀਅਨ ਯੂ ਐਸ ਡਾਲਰ ਤੋਂ ਜ਼ਿਆਦਾ ਦਾ ਜੁਰਮਾਨਾ ਭਰਨਾ ਸਵੀਕਾਰ ਕਰ ਲਿਆ ਤੇ ਕੰਪਨੀ ਜਿਸ ਨੂੰ ਐਫ ਕੇਓ ਐਲ ਆਖਿਆ ਜਾਂਦਾ ਹੈ ਪਾਫ ਰੇਜੇਨੀਅਸ ਕੋਬੀ អਨਕੋਲੋਜੀ ਲਿਮਟਿਡ ਨੇ ਕੱਲ੍ਹ ਲਾਸ ਵੇਗਸ ਦੀ ਇੱਕ ਫੈਡਰਲ ਅਦਾਲਤ ਦੇ ਵਿੱਚ ਜਨਤਕ ਤੌਰ ਤੇ ਇਹ ਗੱਲ ਸਵੀਕਾਰੀ ਹੈ ਕੰਪਨੀ ਨੇ ਖੁਦ ਮੰਨਿਆ ਕਿ ਉਹ ਯੂਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪਾਵ ਐਫ ਡੀਏ ਦੀ ਜਾਂਚ ਕਰਨ ਵਾਲਿਆਂ ਤੋਂ ਕੁਝ ਰਿਕਾਰਡ ਉਪਲਬਧ ਕਰਵਾਉਣ ਦੇ ਵਿੱਚ ناکਾਮ ਰਹੀ ਕੁਝ ਲਕੋਇਆ ਕੁਝ ਨਸ਼ਟ ਕੀਤਾ ਤਬਾਹ ਕੀਤਾ ਉਸ ਨੇ ਫੈਡਰਲ ਫੂਡ ਡਰੱਗ ਐਂਡ ਕੋਸਮੈਟਿਕ ਐਕਟ ਦੀ ਉਲੰਘਣਾ ਕੀਤੀ ਹੈ ਅਤੇ ਉਹ ਆਪਣੇ ਇਹਨਾਂ ਅਪਰਾਧਾਂ ਲਈ 30 ਮਿਲੀਅਨ ਡਾਲਰ ਜਿਹੜੇ ਲਗਭਗ 200 ਕਰੋੜ ਰੁਪਏ ਤੋਂ ਜ਼ਿਆਦਾ ਬਣਦੇ ਆ ਤੇ ਉਹਦਾ ਅਪਰਾਧਿਕ ਜੁਰਮਾਨਾ ਅਤੇ 20 ਮਿਲੀਅਨ ਡਾਲਰ ਲਗਭਗ 145 ਕਰੋੜ ਰੁਪਏ ਦਾ ਦੰਡ ਜੁਰਮਾਨਾ ਵੱਖਰਾ ਭਰੇਗੀ ਤੁਸੀਂ ਦੇਖੋ ਕਿ 350 ਕਰੋੜ ਰੁਪਏ ਤੋਂ ਜ਼ਿਆਦਾ ਇਸ ਕੰਪਨੀ ਨੇ ਭਰਨਾ ਸਵੀਕਾਰ ਕਰ ਲਿਆ ਇਹਦਾ ਮਤਲਬ ਅਸੀਂ ਕਿਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਹਾਲੇ ਵੀ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਦੁਨੀਆ ਦੇ ਵੱਖੋ ਵੱਖ ਕੋਨਿਆਂ ਦੇ ਵਿੱਚ ਜਾ ਕੇ ਆਪਣਾ ਆਪਣੇ ਭਾਈਚਾਰੇ ਦਾ ਤੇ ਆਪਣੇ ਮੁਲਕ ਦਾ ਨਾਮ ਰੌਸ਼ਨ ਕਰਦੇ ਐ। ਬੀਤੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਕਈ ਵਾਰ ਖਬਰਾਂ ਸਾਂਝੀਆਂ ਕੀਤੀਆਂ ਕਿ ਬਾਈਡਨ ਪ੍ਰਸ਼ਾਸਨ ਦੇ ਵਿੱਚ ਬਹੁਤ ਸਾਰੇ ਭਾਰਤੀਆਂ ਨੂੰ ਵੱਡੇ-ਵੱਡੇ ਅਹੁਦਿਆਂ ਤੇ ਤਾਇਨਾਤ ਕੀਤਾ ਗਿਆ ਹੈ। ਜਿਨ੍ਹਾਂ ਦੇ ਨਾਲ ਭਾਰਤੀ ਲੋਕਾਂ ਦੀ ਜਿਹੜੀ ਦਿੱਖ ਹੈ ਉਹ ਸੁਧਰੀ ਹੈ। ਭਾਰਤੀ ਲੋਕਾਂ ਦਾ ਕਦਰ ਬੁੱਤ ਹੋਰ ਉੱਚਾ ਹੋਇਆ ਹੈ। ਪਰ ਜਦੋਂ ਕਦੇ ਖਬਰਾਂ ਇਸ ਤਰ੍ਹਾਂ ਦੀਆਂ ਆ ਜਾਂਦੀਆਂ ਨੇ ਜਦੋਂ ਅਦਾਲਤ ਦੇ ਵਿੱਚ ਖੁਦ ਕੰਪਨੀ ਹੋਵੇ ਵੀ ਭਾਰਤੀ ਮੂਲ ਦੀ ਇਹ ਸਵਿਕਾਰੇ ਕਿ ਹਾਂ ਆ ਆ ਕੰਮ ਅਸੀਂ ਕੀਤੇ ਨੇ ਤੇ ਫਿਰ ਲੋਕਾਂ ਦੀਆਂ ਨਜ਼ਰਾਂ ਜਦੋਂ ਇੰਨੀ ਵੱਡੀ ਰਕਮ ਦੀਆਂ ਧੋਖਾ ਧੜੀਆਂ ਫਿਰ ਕਿੰਨੀਆਂ ਕੀਤੀਆਂ ਹੋਣਗੀਆਂ ਜਿਹੜੇ ਇੰਨਾ ਜੁਰਮਾਨਾ ਦੇਣਾ ਮੰਨ ਗਏ ਰੇ ਅਦਾਲਤ ਦੇ ਵਿੱਚ ਖੁਦ ਸਵਿਕਾਰਿਆ ਆਪਣੇ ਆਪ ਦੇ ਵਿੱਚ ਨਿੰਦਣਯੋਗ ਹੈ ਅਗਲੀ ਜਿਹੜੀ ਖਬਰ ਹੈ ਨੌਦੀਪ ਕੌਰ 23 24 ਵਰਿਆਂ ਦੀ ਇੱਕ ਮੁਟਿਆਰ ਹੈ ਉਹਨੂੰ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਹੈ ਹੁਣ ਉਸਤੇ ਹੱਕ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਆਵਾਜ਼ ਉਠਣ ਲੱਗੀ ਹੈ ਮਜ਼ਦੂਰਾਂ ਦੇ ਹੱਕਾਂ ਦੀ ਕਰਨ ਵਾਲੀ ਗੱਲ ਕਰਨ ਵਾਲੀ ਇਹ ਮੁਟਿਆਰ ਮਜ਼ਦੂਰਾਂ ਵਾਸਤੇ ਇਹ ਲੜਨ ਵਾਲੀ ਮੁਟਿਆਰ ਜਿਹੜੀ ਇੱਕ ਦਲਿਤ ਭਾਈਚਾਰੇ ਨਾਲ ਸੰਬੰਧਿਤ ਹੈ ਇਹ ਮੁਟਿਆਰ ਉਸਤਾ ਨਾਮ ਹੈ ਨੌਦੀਪ ਕੌਰ ਉਹਦੇ ਹੱਕ ਵਿੱਚ ਪਹਿਲਾਂ ਤਾਂ ਪੰਜਾਬ ਤੋਂ ਆਵਾਜ਼ ਉੱਠੀ ਸੀ ਹੁਣ ਕੁਮੰਤਰੀ ਪੱਧਰ ਤੇ ਆਵਾਜ਼ਾਂ ਉਠਣ ਲੱਗੀਆਂ ਨੇ ਜਾਣਕਾਰੀ ਵਲੀਆ ਕਿ ਇੰਗਲੈਂਡ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਉਹਨਾਂ ਨੇ ਟਵੀਟ ਕੀਤਾ ਅਤੇ ਕਿਹਾ ਕਿ ਇਸ ਘਟਨਾ ਨਾਲ ਲੋਕਤੰਤ੍ਰਿਕ ਪ੍ਰਣਾਲੀ ਨੂੰ ਢਾਹ ਲੱਗੀ ਹੈ। ਉਹਨਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਨੌਦੀਪ ਕੌਰ ਨੂੰ ਪੁਲਿਸ ਹਿਰਾਸਤ ਵਿੱਚ ਰੱਖ ਕੇ ਉਸ ਉੱਤੇ ਕੀਤੇ ਗਏ ਕਥਿਤ ਜਿਸਮਾਨੀ ਤਸ਼ੱਦਦ ਨੂੰ ਪਹਿਚਾਣੀਏ। 4 ਹਫ਼ਤਿਆਂ ਬਾਅਦ ਵੀ ਉਸ ਦੀ ਜ਼ਮਾਨਤ ਨਹੀਂ ਹੋਈ। ਉਹਨਾਂ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਅਜਿਹਾ ਵਰਤਾਓ ਨਿੰਦਣਯੋਗ ਹੈ। ਗੱਲਬਾਤ ਕਰਦਿਆਂ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਗਨੋਦੀਪ ਕੌਰ ਨੂੰ ਪੁਲਿਸ ਹਿਰਾਸਤ ਵਿੱਚ ਰੱਖ ਕੇ ਉਸ ਦਾ ਕਥਿਤ ਸਰੀਰਕ ਸ਼ੋਸ਼ਣ ਕਰਨਾ ਬੜਾ ਹੀ ਮੰਦਭਗਾ ਤੇ ਦੂਸਰੇ ਪਾਸੇ ਸੰਸਦ ਮੈਂਬਰ ਵੀ ਨੇ ਅਤੇ ਐਨ ਡੀ ਪੀ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਉਹਨਾਂ ਦੇ ਭਰਾ ਜਿਹੜੇ ਐਮ ਪੀ ਪੀ ਨੇ ਭਾਵ 온ਟਾਰੀਓ ਜਿਹੜੀ ਪ੍ਰੋਵਿੰਸ਼ਲ ਪਾਰਲੀਮੈਂਟ ਆ ਉਸ ਤੇ ਮੈਂਬਰ ਨੇ ਗੁਰਰਤਨ ਸਿੰਘ ਗੁਰਰਤਨ ਸਿੰਘ ਹੋਰਾਂ ਨੇ ਵੀ ਟਵੀਟ ਕੀਤਾ ਦੁਨੀਆ ਭਰ ਦੇ ਆਗੂ ਨੂੰ ਉਹਨਾਂ ਸੱਦਾ ਵੀ ਦਿੱਤਾ ਹੈ ਕਿ ਨੌਦੀਪ ਕੌਰਤੀ ਰਿਹਾਈ ਲਈ ਆਓ ਆਵਾਜ਼ ਬੁਲੰਦ ਕਰੀਏ ਤੇ ਦੂਸਰੇ ਪਾਸੇ ਪੰਜਾਬ ਤੋਂ ਰਾਜ ਸਭਾ ਮੈਂਬਰ ਨੇ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਨੂੰ ਇੱਕ ਚਿੱਠੀ ਲਿਖੀ ਹੈ ਚਿੱਠੀ ਲਿਖ ਕੇ ਕਿਰਤੀ ਅਧਿਕਾਰਾਂ ਦੀ ਕਾਰਕੁਨ ਨੌਦੀਪ ਕੌਰ ਦੇ ਮਾਮਲੇ ਵਿੱਚ ਸੂਮੋਟੋ ਲੈਣ ਦੀ ਮੰਗ ਕੀਤੀ ਹੈ ਉਹਨਾਂ ਚਿੱਠੀ ਵਿੱਚ ਲਿਖਿਆ ਹੈ ਕਿ ਹਰਿਆਣਾ ਪੁਲਿਸ ਵੱਲੋਂ ਝੂਠਾ ਕੇਸ ਦਰਜ ਕਰਕੇ ਇਸ ਲੜਕੀ ਨੂੰ ਸਿੰਘੂ ਸਰਹੱਦੋਂ ਗ੍ਰਿਫਤਾਰ ਕੀਤਾ ਗਿਆ ਅਤੇ ਹੁਣ ਉਹ ਸੌਣੀਪੁੱਤ ਜੇਲ੍ਹ ਵਿੱਚ ਬੰਦ ਹੈ। ਇਹ ਵੀ ਉਹਨਾਂ ਮੰਗ ਕੀਤੀ ਹੈ ਕਿ ਜਿੰਨਾ ਸਮਾਂ ਤਫਦੀਸ਼ ਚੱਲ ਰਹੀ ਹੈ ਉਦੋਂ ਤੱਕ ਇਸ ਲੜਕੀ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਭੇਜਿਆ ਜਾਵੇ। ਦੱਸਣਾ ਬਣਦਾ ਕਿ ਸਭ ਤੋਂ ਪਹਿਲਾਂ ਇਸ ਦੇ ਹੱਕ ਵਿੱਚ ਆਵਾਜ਼ ਜਾਗੋ ਪਾਰਟੀ ਦੇ ਪ੍ਰਧਾਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਬੁਲੰਦ ਕੀਤੀ ਸੀ। ਉਹਨਾਂ ਨੇ ਸਬੰਧਤ ਮੰਤਰਾਲੇ ਨੂੰ ਕੇਂਦਰੀ ਮੰਤਰਾਲੇ ਨੂੰ ਚਿੱਠੀ ਲਿਖੀ ਸੀ। ਅਤੇ ਨਾਲ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਵੀ ਲਿਖਿਆ ਸੀ ਕਿ ਉਚੇਚੇ ਤੌਰ ਤੇ ਇਸ ਮਟਿਆਰ ਦੀ ਰਿਹਾਈ ਦੇ ਵਾਸਤੇ ਤੁਸੀਂ ਫੌਰੀ ਤੌਰ ਤੇ ਦਖਲ ਦਿਓ ਚਿੱਠੀ ਲਿਖੀ ਨੂੰ ਵੀ ਹਫਤਾ ਹੋ ਗਿਆ 12 ਜਨਵਰੀ ਦੀ ਇਹ ਕੁੜੀ ਚੁੱਕੀ ਹੋਈ ਹੈ ਚੁੱਕ ਕੇ ਅੰਨਾ ਤਸ਼ੱਦਦ ਦਾ ਢਾਹਾ ਜਾ ਰਿਹਾ ਹੈ ਜੇਲ੍ਹ ਦੇ ਵਿੱਚ ਖਬਰਾਂ ਵੱਲ ਰਹੀਆਂ ਨੇ ਕਿ ਉਹਦੇ ਨਾਲ ਸਰੀਰਕ ਸ਼ੋਸ਼ਣ ਕੀਤਾ ਗਿਆ ਇੱਕ ਮਟਿਆਰ ਦੇ ਨਾਲ ਇਸ ਤਰ੍ਹਾਂ ਦੀਆਂ ਕਾਰਵਾਈਆਂ ਸ਼ੋਭਾ ਤਾਂ ਨਹੀਂ ਦਿੰਦੀਆਂ ਤੇ ਦੂਸਰੇ ਪਾਸੇ ਜਿਹੜੀਆਂ ਉਹਦੇ ਤੇ ਧਰਾਵਾਂ ਲਗਾਈਆਂ ਗਈਆਂ ਨੇ ਖਬਰਾਂ ਮਿਲੀਆਂ ਨੇ ਕਿ ਇੰਡਸਟਰੀਅਲ ਜਿਹੜੀ ਉਹ ਐਸੋਸੀਏਸ਼ਨ ਬਣੀ ਹੋਈ ਹੈ ਪੁਲਿਸ ਦੇ ਨਾਲ ਮਿਲੀ ਭੁਗਤ ਦੇ ਕਾਰਨ ਉਹਦੇ ਉੱਤੇ ਉਹ ਧਰਾਵਾਂ ਨੌਨ ਬੇ ਨੌਨ ਬੇਲੇਬਲ ਪਾਬ ਗੈਰ ਜ਼ਮਾਨਤੀ ਧਰਾਵਾਂ ਦੇ ਵਿੱਚ ਕੇਸ ਦਰਜ ਕਰਕੇ ਉਸ ਨੂੰ ਸਲਾਖਾਂ ਦੇ ਪਿੱਛੇ ਸੁੱੜ ਦਿੱਤਾ ਗਿਆ ਹੁਣ ਤੁਸੀਂ ਦੇਖੋ ਕਿ ਹਨੇਰ ਸਾਈ ਦਾ ਹੀ ਆ ਬਈ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਖਬਰ ਦੇ ਉੱਤੇ ਤੇ ਇਸ ਨੌ ਦੀਪ ਦੀ ਇਸ ਵਕਤ ਜੇਲ੍ਹ ਦੇ ਵਿੱਚ ਸਲਾਖਾਂ ਦੇ ਪਿੱਛੇ ਬੰਦ ਹੋਣ ਦੀਆਂ ਖਬਰਾਂ ਦੇ ਉੱਤੇ ਅੰਤਰਰਾਸ਼ਟਰੀ ਭਾਈਚਾਰਾ ਹੋਰ ਕਿੰਨੇ ਵੱਡੇ ਪੱਧਰ ਤੇ ਆਵਾਜ਼ ਬੁਲੰਦ ਕਰਦਾ ਹੈ ਤੇ ਫਿਰ ਹਰਿਆਣਾ ਦੇ ਵਿੱਚੋਂ ਉਸ ਦੀ ਰਿਹਾਈ ਕਦੋਂ ਸਾਹਮੂ ਹੁੰਦੀ ਹੈ ਅਗਲੀ ਖਬਰ ਕਿਉਂਕਿ ਜ਼ਿਲ੍ਹਾਂ ਦੇ ਨਾਲ ਖਬਰ ਚੱਲ ਰਹੀ ਹੈ ਜਿਲ੍ਹਾਂ ਦੇ ਨਾਲ ਹੀ ਸੰਬੰਧਤ ਖਬਰ ਹੈ ਇਹ ਲੜਕੀ ਵੀ ਅਨਸੂਚਿਤ ਅਤੇ ਪਛੜੀਆਂ ਜਾਤੀਆਂ ਨਾਲ ਸੰਬੰਧਤ ਦੱਸੀ ਜਾ ਰਹੀ ਹੈ ਆਹ ਜਿਹੜੀ ਖਬਰ ਹੈ ਕੇਂਦਰ ਸਰਕਾਰ ਨੇ ਦਿੱਤੀ ਹੈ ਕੇਂਦਰ ਸਰਕਾਰ ਨੇ ਅੱਜ ਸੰਸਦ ਦੇ ਵਿੱਚ ਕੁਝ ਅੰਕੜੇ ਪੇਸ਼ ਕੀਤੇ ਹਨ। ਉਹਨਾਂ ਦੇ ਆਪਣੇ ਅੰਕੜਿਆਂ ਦੇ ਮੁਤਾਬਕ ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ 4,78,600 ਕੈਦੀਆਂ ਦੇ ਵਿੱਚੋਂ 3,15,409 ਕੈਦੀ ਜਿਹੜੇ ਲਗਭਗ 60% ਬਣਦੇ ਐ। 60.4% ਕੈਦੀ ਅਨਸੂਚਿਤ ਜਾਤਾਂ ਅਨਸੂਚਿਤ ਕਬੀਲਿਆਂ ਅਤੇ ਪਿਛੜੇ ਵਰਗਾਂ ਦੇ ਨਾਲ ਸੰਬੰਧਿਤ ਨੇ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਨੇ ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਵੱਲੋਂ 31 ਦਸੰਬਰ 2019 ਤੱਕ ਦੇ ਅੰਕੜੇ ਸੰਸਦ ਦੇ ਵਿੱਚ ਪੇਸ਼ ਕੀਤੇ ਜਦੋਂ ਉਹ ਇਹ ਅੰਕੜੇ ਸੰਸਦ ਦੇ ਵਿੱਚ ਪੇਸ਼ ਕਰ ਰਹੇ ਸਨ ਤਾਂ ਫਿਰ ਇਹਦੇ ਤੇ ਸਵਾਲ ਕੀਤਾ ਰਾਜ ਸਭਾ ਮੈਂਬਰ ਸੈਯਦ ਨਾਸਿਰ ਹੁਸੈਨ ਨੇ ਉਹ ਕਹਿੰਦੇ ਫਿਰ ਜੇਕਰ ਦੇਸ਼ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਦੀ ਬਹੁ ਗਿਣਤੀ ਦਲਤਾਂ ਦੀ ਹੈ ਮੁਸਲਮਾਨਾਂ ਦੀ ਹੈ ਤਾਂ ਸਰਕਾਰ ਇਹ ਤਾਂ ਦੱਸੇ ਕਿ ਸਰਕਾਰ ਪਿਛੜੇ ਲੋਕਾਂ ਦੀ ਭਲਾਈ ਦੇ ਵਾਸਤੇ ਕਦਮ ਕਿਸ ਤਰ੍ਹਾਂ ਦੇ ਚੁੱਕ ਰਹੀ ਹੈ ਤੁਸੀਂ ਤਾਂ ਕਹਿੰਦੇ ਹੋ ਕਿ ਲੋਕਾਂ ਦਾ ਜਨਜੀਵਨ ਦਾ ਜੀਵਨ ਪੱਧਰ ਅਸੀਂ ਉੱਚਾ ਚੁੱਕ ਰਹੇ ਹਾਂ ਤੇ ਉੱਚਾ ਚੁੱਕਣਾ ਚਾਹੁੰਦੇ ਹਾਂ ਅੱਤ ਤੁਹਾਡੇ ਅੰਕੜੇ ਬੋਲ ਰਹੇ ਹੈ ਕਿ 60 ਫੀਸਦੀ ਤੋਂ ਜ਼ਿਆਦਾ ਪਿਛੜੀਆਂ ਜਾਤਾਂ ਅਨਸੂਚਿਤ ਜਾਤਾਂ ਤੇ ਮੁਸਲਮ ਭਾਈਚਾਰੇ ਦੇ ਲੋਕ ਜੇਲਾਂ ਦੇ ਵਿੱਚ ਬੰਦ ਨੇ ਕੈਦੀਆਂ ਤਾਂ ਸਭ ਤੋਂ ਵੱਧ 1 ਲੱਖ 1297 ਕੈਦੀ ਜਿਹੜੀ ਲਗਭਗ 21% ਦਰ ਬਣਦੀ ਹੈ ਇਕੱਲੇ ਕੈਦੀ ਯੂਪੀ ਦੇ ਨਾਲ ਸੰਬੰਧ ਦਾ ਦੱਸੇ ਜਾ ਰਹੇ ਨੇ ਇਸੇ ਦੌਰਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸੇ ਵੀ ਕਿਸਾਨ ਨੂੰ ਕੌਮੀ ਜਾਂਚ ਏਜੰਸੀ ਨੇ ਕੋਈ ਸਮਰਨ ਨਹੀਂ ਭੇਜਿਆ ਤੁਹਾਨੂੰ ਯਾਦ ਹੋਣਾ ਹੈ ਕਿ ਸਿਰਸਾ ਸਾਹਿਬ ਜਿਹੜੇ ਇੱਕ ਇਸ ਗੱਲ ਦਾ ਵੀ ਤੁਹਾਨੂੰ ਪਤਾ ਹੋਣਾ ਹੈ ਕਿ ਕਿਸਾਨ ਆਗੂ ਨੇ ਸਮਰਨ ਤੋਂ ਉਹਨਾਂ ਨੂੰ ਵੀ ਗਿਆ ਸਮਰਨ ਤਾਂ ਕਈ ਹੋਰਾਂ ਨੂੰ ਵੀ ਗਿਆ ਸੀ ਪਰ ਰਾ ਸਭਾ ਦੇ ਵਿੱਚ ਉਹਨਾਂ ਨੇ ਮੰਨਿਆ ਕਿ ਐਨ ਆਈਏ ਨੇ ਕਿਸੇ ਵੀ ਕਿਸਾਨ ਨੂੰ ਸੰਮਣ ਭੇਜਿਆ ਹੀ ਨਹੀਂ ਹੁਣ ਵੇਖੋ ਕਿ ਜਾਂ ਭਾਈ ਸੰਮਣ ਕਿਸੇ ਹੋਰ ਏਜੰਸੀ ਨੇ ਭੇਜਤਾ ਹੋਣਾ ਜਾਂ ਸਰਸਾ ਸਾਹਿਬ ਉਹਨਾਂ ਨੂੰ ਲੱਗਦਾ ਕਿ ਕਿਸਾਨਾਂ ਦੇ ਨਾਲ ਕੋਈ ਸਬੰਧ ਨਹੀਂ ਰੱਖਦੇ ਖੈਰ ਅਗਲੀ ਖਬਰ ਵੀ ਇਸੇ ਕਿਸਾਨ ਅੰਦੋਲਨ ਦੇ ਨਾਲ ਸੰਬੰਧਿਤ ਖਬਰ ਹੈ ਤੁਹਾਨੂੰ ਯਾਦ ਹੋਣਾ ਕਿ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਕਿਸਾਨਾਂ ਨੇ ਆਪਣੀ ਟਰੈਕਟਰ ਰੈਲੀ ਕੱਢੀ ਟਰੈਕਟਰ ਪਰੇਡ ਜਿਸ ਨੂੰ ਕਿਹਾ ਗਿਆ ਉਸ ਦਿਨ ਆਈਟੀ ਉੱਤੇ ਇੱਕ ਟਰੈਕਟਰ ਪਲਟਿਆ ਟਰੈਕਟਰ ਪਲਟਣ ਦੇ ਕਾਰਨ 25 ਵਰਿਆਂ ਦੇ ਨੌਜਵਾਨ ਕਿਸਾਨ ਉਹਨਾਂ ਦੀ ਮੌਤ ਹੋ ਗਈ ਸੀ ਉਹਨਾਂ ਦੇ ਪਰਿਵਾਰ ਨੇ ਹੁਣ ਦਿੱਲੀ ਹਾਈ ਕੋਰਟ ਦਾ ਰੁਖ ਕਰ ਲਿਆ ਮ੍ਰਿਤਕ ਵਿਅਕਤੀ ਦਾ ਨਾਮ ਨਵਰੀਤ ਸਿੰਘ ਸੀ ਨਵਰੀਤ ਸਿੰਘ ਦੇ ਪਰਿਵਾਰ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਅਦਾਲਤ ਦੀ ਨਿਗਰਾਨੀ ਦੇ ਵਿੱਚ ਘਟਨਾ ਦੀ ਵਿਸ਼ੇਸ਼ ਜਾਂਚ ਟੀਮ ਭਾਵ ਐਸਆਈਟੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਵਰਤਕ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਵੱਲੋਂ ਦਿੱਲੀ ਹਾਈ ਕੋਰਟ ਦੇ ਵਿੱਚ ਦਾਇਰ ਪਟੀਸ਼ਨ ਦੀ ਵੀਰਵਾਰ ਨੂੰ ਸੁਣਵਾਈ ਸੂਚੀਬੱਧ ਕਰ ਦਿੱਤੀ ਗਈ ਹੈ। ਹਰਦੀਪ ਸਿੰਘ ਨੇ ਆਪਣੀ ਪਟੀਸ਼ਨ ਦੇ ਵਿੱਚ ਕਿਹਾ ਹੈ ਕਿ ਆਪਣੇ ਪੋਤੇ ਦੀ ਮੌਤ ਦੀ ਸਹੀ ਅਤੇ ਨਿਰਪੱਖ ਜਾਂਚ ਅਤੇ ਨਿਆਂ ਪਾਉਣ ਦੇ ਲਈ ਸੱਚਾਈ ਜਾਣਨ ਵਾਸਤੇ ਉਹਨਾਂ ਦਾ ਮੋਢਲਾ ਅਧਿਕਾਰ ਹੈ। ਪੁਲਿਸ ਦੇ ਮੁਤਾਬਕ ਨਵਰੀਤ ਦੀ ਮੌਤ ਟਰੈਕਟਰ ਪਲਟਣ ਦੀ ਵਜ੍ਹਾ ਕਰਕੇ ਹੋਈ ਹੈ। ਜੋ ਪਹਿਲਾ ਤਹਿ ਟਰੈਕਟਰ ਪਰੇਡ ਦੇ ਰਸਤੇ ਤੋਂ ਗਾਜ਼ੀਪੁਰ ਬਾਰਡਰ ਤੋਂ ਪ੍ਰਦਰਸ਼ਨ ਲਈ ਕਈ ਕਿਸਾਨਾਂ ਦੇ ਨਾਲ ਉਹ ਉੱਥੇ ਪਹੁੰਚਿਆ ਸੀ ਤੇ ਘਟਨਾ ਬਾਰੇ ਪੁਲਿਸ ਦਾ ਦਾਅਵਾ ਹੈ ਇਹ ਪੁਲਿਸ ਦੇ ਦਾਅਵੇ ਦੀ ਗੱਲ ਕਰ ਰਹੇ ਹਾਂ ਕਿ ਨਵਰੀਤ ਸਿੰਘ ਟਰੈਕਟਰ ਪਲਟਿਆ ਅਤੇ ਉਹਦੇ ਹੇਠਾਂ ਆ ਕੇ ਦੱਬਣ ਦੇ ਕਾਰਨ ਮਾਰਿਆ ਗਿਆ ਹਾਲਾਂਕਿ ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਕੁਝ ਮੀਡੀਆ ਦੇ ਵੱਲੋਂ ਕੁਝ ਅੱਖੀਂ ਦੇਖਣ ਵਾਲਿਆਂ ਵੱਲੋਂ ਭਵ ਚਸ਼ਮਦੀਦਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਕਿ ਨਵਰੀਤ ਸਿੰਘ ਆਪਣਾ ਟਰੈਕਟਰ ਚਲਾ ਰਿਹਾ ਸੀ ਜਦੋਂ ਉਹ ਦਿੱਲੀ ਸਥਿਤ ਆਂਧਰਾ ਐਜੂਕੇਸ਼ਨ ਸੁਸਾਇਟੀ ਦੇ ਕੋਲੋਂ ਲੰਘਿਆ ਤਾਂ ਪੁਲਿਸ ਨੇ ਗੋਲੀ ਦਾਗੀ ਜਿਸ ਕਾਰਨ ਉਸਨੇ ਆਪਣਾ ਕੰਟਰੋਲ ਗਵਾ ਦਿੱਤਾ ਅਤੇ ਉਸਦਾ ਟਰੈਕਟਰ ਕੁਝ ਬੈਰੀਕੇਡਸ ਨਾਲ ਟਕਰਾਇਆ ਅਤੇ ਪਲਟ ਗਿਆ ਨਵਰੀਤ ਦੇ ਦਾਦਾ ਜੀ ਨੇ ਬੇਨਤੀ ਕੀਤੀ ਹੈ ਕਿ ਅਦਾਲਤ ਵੱਲੋਂ ਨਿਯੁਕਤ ਅਤੇ ਨਿਗਰਾਨੀ ਕਰਨ ਵਾਲੀ ਸੈਟ ਮਾਮਲੇ ਦੀ ਜਾਂਚ ਕਰੇ ਜਿਸ ਵਿੱਚ ਪੁਲਿਸ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਜਾਵੇ ਪਰ ਕਿਹੜੇ ਹੋਣ ਜਿਨ੍ਹਾਂ ਦਾ ਕੈਰੀਅਰ ਬੇਦਾਗ ਰਿਹਾ ਹੋਵੇ ਜਿਹੜੇ ਇਮਾਨਦਾਰ ਹੋਣ ਉਹਨਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਸਟ ਨੂੰ ਨਿਯਮਤ ਤੌਰ ਤੇ ਰਿਪੋਰਟ ਅਦਾਲਤ ਸਾਹਮਣੇ ਦਖਲ ਕਰਨ ਦੇ ਨਿਸ਼ਾ ਨਿਰਦੇਸ਼ ਦਿੱਤੇ ਜਾਣ ਤਾਂ ਕਿ ਸਮੇਂਬੱਧ ਤਰੀਕੇ ਨਾਲ ਅਦਾਲਤ ਦੀ ਨਿਗਰਾਨੀ ਦੇ ਵਿੱਚ ਇਹ ਜਾਂਚ ਪੂਰੀ ਹੋ ਸਕੇ ਤੁਹਾਨੂੰ ਇੱਥੇ ਯਾਦ ਕਰਵਾ ਦਿਆਂ ਕਿ ਇਸ ਤਰ੍ਹਾਂ ਦੀ ਜਾਂਚ ਦਾ ਸਭ ਤੋਂ ਪਹਿਲਾਂ ਜੇ ਮੁੱਦਾ ਉਠਾਇਆ ਸੀ ਤਾਂ ਉਹ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਆਖਿਆ ਸੀ ਕਿ ਨਵਰੀਤ ਦੀ ਮੌਤ ਦੀ ਜਾਂਚ ਹੋਣੀ ਚਾਹੀਦੀ ਹੈ। ਉਹਦੇ ਤੋਂ ਬਾਅਦ ਜਿਸ ਤਰ੍ਹਾਂ ਨਵਰੀਤ ਦਾ ਭੋਗ ਪੈ ਰਿਹਾ ਸੀ ਅੰਤਮ ਅਰਦਾਸ ਹੋ ਰਹੀ ਸੀ। ਉੱਥੇ ਕੁਝ ਕਿਸਾਨ ਆਗੂ ਵੀ ਪਹੁੰਚੇ ਸਨ। ਉੱਥੇ ਆਮ ਲੋਕਾਂ ਨੇ ਤੇ ਕਿਸਾਨ ਆਗੂ ਨੇ ਆਵਾਜ਼ ਬੁਲੰਦ ਕੀਤੀ ਸੀ ਕਿ ਨਵਰੀਤ ਦੀ ਮੌਤ ਦੀ ਜਾਂਚ ਹੋਣੀ ਬੜੀ ਲਾਜ਼ਮੀ ਹੈ। ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਓਨੀ ਦੇਰ ਨਵਰੀਤ ਨੂੰ ਸੱਚੀ ਸ਼ਰਧਾਂਜਲੀ ਨਹੀਂ ਹੋਣੀ। ਜਿੰਨੀ ਦੇਰ ਤੱਕ ਇਹ ਤਿੰਨੇ ਹੀ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਇਸ ਕਰਕੇ ਨਵਰੀਤ ਨੂੰ ਸੱਚੀ ਸ਼ਰਧਾਂਜਲੀ ਉਹ ਆਖੀ ਜਾ ਸਕਦੀ ਹੈ ਜੇਕਰ ਅਸੀਂ ਇਸ ਅੰਦੋਲਨ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਂਦੇ ਰਹੀਏ ਅਤੇ ਇਹਨਾਂ ਕਾਨੂੰਨਾਂ ਨੂੰ ਅਸੀਂ ਰੱਦ ਕਰਵਾ ਲઈએ ਅਗਲੀ ਖਬਰ ਵੀ ਇਹਨਾਂ ਕਾਨੂੰਨਾਂ ਦੇ ਨਾਲ ਸੰਬੰਧਿਤ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਮਿਲੀ ਹੈ ਭਾਰਤ ਦੇ ਵਿੱਚ ਬੁੱਧਵਾਰ ਦੁਪਹਿਰ ਸਮੇਂ ਕੁੰਡਲੀ ਹੱਦ ਤੇ ਸਾਂਝੇ ਕਿਸਾਨ ਮੋਰਚੇ ਦੀ ਇੱਕ ਬੈਠਕ ਹੁੰਦੀ ਹੈ ਇਸ ਬੈਠਕ ਦੇ ਵਿੱਚ ਲਗਭਗ ਸਾਰੀਆਂ ਜਥੇਬੰਦੀਆਂ ਸਾਰੇ ਸੰਘਣਾਂ ਨੇ ਹਿੱਸਾ ਲਈਆ। ਕਈ ਘੰਟਿਆਂ ਤੱਕ ਇਹ ਬੈਠਕ ਚੱਲਦੀ ਰਹੀ। ਬੈਠਕ ਤੋਂ ਬਾਅਦ ਕਿਸਾਨਾਂ ਨੇ ਚਾਰ ਨਵੇਂ ਅੰਦੋਲਨ ਦੇ ਅਗੜੇ ਪੜਾ ਪ੍ਰਸਤਾਵਿਤ ਕੀਤੀ ਹੈ। ਇਹਨਾਂ ਵਿੱਚੋਂ ਜੇਕਰ ਸਭ ਤੋਂ ਅਹਿਮ ਫੈਸਲਾ ਆਖਿਆ ਜਾਵੇ ਉਹ 18 ਫਰਵਰੀ ਨੂੰ ਬਾਅਦ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੂਰੇ ਭਾਰਤ ਦੇ ਵਿੱਚ ਗੱਡੀਆਂ, ਰੇਲ ਗੱਡੀਆਂ ਦਾ ਚੱਕਾ ਜਾਮ ਕਰਨਾ ਹੈ। ਕਿਸਾਨਾਂ ਨੇ ਸਭ ਆਗੂਆਂ ਅਤੇ ਸੰਗਠਨਾਂ ਨੂੰ ਆਮ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਸ਼ਾਂਤਮਈ ਢੰਗ ਨਾਲ ਆ ਸ਼ਬਦ ਮੈਂ ਦੁਬਾਰੇ ਫੇਰ ਦੱਸਣਾ ਚਾਹੁੰਦਾ ਕਿ ਸ਼ਾਂਤਮਈ ਢੰਗ ਨਾਲ ਬਿਨਾ ਕਿਸੇ ਜਾਇਦਾਦ ਨੂੰ ਨੁਕਸਾਨ ਪਹੁੰਚਾਏ ਬਿਨਾ ਕਿਸੇ ਰੌਲੇ ਤੋਂ ਬਿਨਾ ਕਿਸੇ ਝਗੜੇ ਤੋਂ ਰੇਲ ਰੋਕੂ ਅੰਦੋਲਨ ਕੀਤਾ ਜਾਵੇ ਕਿਸਾਨ ਆਗੂ ਡਾਕਟਰ ਦਰਸ਼ਨਪਾਲ ਰਾਕੇਸ਼ ਟਕੈਤ ਬਲਵੀਰ ਸਿੰਘ ਰਾਜੇਵਾਲ ਰੁਲਦੂ ਸਿੰਘ ਮਾਨਸਾ ਜਗਜੀਤ ਸਿੰਘ ਡੱਲੇਵਾਲ ਅੱਤੇ ਯੋਧ ਵੀਰ ਸਿੰਘ ਨੇ ਦੱਸਿਆ ਕਿ ਕਿਸਾਨ ਸੰਘਟਨਾਂ ਨੂੰ ਵਿਸ਼ੇਸ਼ ਤੌਰ ਤੇ ਹਦਾਇਤ ਕੀਤੀ ਜਾ ਰਹੀ ਹੈ ਕਿ ਚੱਕਾ ਜਾਮ ਦੌਰਾਨ ਸ਼ਾਂਤੀ ਬਣਾ ਕੇ ਰੱਖੀ ਜਾਵੇ ਕਾਨੂੰਨ ਨੂੰ ਹੱਥ ਵਿੱਚ ਬਿਲਕੁਲ ਨਾ ਲਿਆ ਜਾਵੇ ਖੇਤੀ ਕਾਨੂੰਨਾਂ ਦੇ ਖਿਲਾਫ ਆਪਣਾ ਅੰਦੋਲਨ ਤੇਜ਼ ਕਰਨ ਦੇ ਲਈ ਜਿੱਥੇ 18 ਫਰਵਰੀ ਨੂੰ ਸਮੁੱਚੇ ਭਾਰਤ ਦੇ ਵਿੱਚ 4 ਘੰਟਿਆਂ ਵਾਸਤੇ ਰੇਲ ਰੋਕੋ ਦਾ ਸੱਦਾ ਦਿੱਤਾ ਗਿਆ ਉਹਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਨੇ 12 ਫਰਵਰੀ ਤੋਂ ਰਾਜਸਥਾਨ ਦੇ ਵਿੱਚ ਟੋਲ ਕਲੈਕਸ਼ਨ ਨਹੀਂ ਕਹਿੰਦੇ ਹੁਣ ਦਿੱਤਾ ਜਾਏਗਾ। ਇਸੇ ਤਰੀਕੇ 18 ਫਰਵਰੀ ਨੂੰ ਭਾਰਤ ਭਰ ਦੇ ਵਿੱਚ ਰੇਲਾਂ ਰੋਕਣ ਦਾ ਸੱਦਾ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ 3 ਘੰਟਿਆਂ ਲਈ ਤੁਹਾਨੂੰ ਪਤਾ ਹੈ ਕਿ ਚੱਕਾ ਜਾਂਦਾ ਸੱਦਾ ਦਿੱਤਾ ਸੀ ਜਿਹੜਾ ਕਿ ਅਮਨ ਅਮਾਨ ਨਾਲ ਮੇਪਰੇ ਚੜ੍ਹਿਆ ਸੀ। ਇਹਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਨੇ ਪੁਲਵਾਮਾ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ 14 ਫਰਵਰੀ ਨੂੰ ਕੈਂਡਲ ਮਾਰਚ ਰੱਖਿਆ। 16 ਫਰਵਰੀ ਨੂੰ ਕਿਸਾਨ ਆਗੂ ਸਰ ਛੋਟੂ RAM ਦਾ ਜਨਮ ਦਿਨ ਮਨਾਉਣਗੇ ਅਤੇ 18 ਨੂੰ ਫਿਰ ਚੱਕਾ ਜਾਮ ਕੀਤਾ ਜਾਏਗਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨ ਆਗੂਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਸਿਰਫ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਕਿਉਂਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਕਿਸਾਨਾਂ ਦੇ ਮੁੱਦਿਆਂ ਨੂੰ ਕਹਿੰਦੇ ਸਮਝ ਨਹੀਂ ਸਕ ਰਹੇ, ਸਮਝ ਨਹੀਂ پا ਰਹੇ। ਉਹਨਾਂ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਅਗਲੀ ਮੀਟਿੰਗ ਤੋਂ ਪਹਿਲਾਂ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਤੇ ਕਾਨੂੰਨ ਬਣਾਉਣ ਦਾ ਐਲਾਨ ਕਰੇਗੀ। ਉਹਨਾਂ ਕਿਹਾ ਕਿ ਲੋਕਾਂ ਦਾ ਦਿਲ ਜਿੱਤਣ ਲਈ ਇਹ ਮੋਦੀ ਸਰਕਾਰ ਦਾ ਇੱਕ ਵੱਡਾ ਕਦਮ ਹੋਏਗਾ। ਉਹਨਾਂ ਕਿਹਾ ਕਿ ਸਰਕਾਰ ਨੂੰ ਅਗਲੇ ਦੌਰਤੀ ਮੀਟਿੰਗ ਤੋਂ ਪਹਿਲਾਂ ਪਰਾਲੀ ਸਾੜਨ ਤੇ ਸਜ਼ਾ ਦੀ ਮਦਦ ਖਤਮ ਕਰਨ ਅਤੇ ਬਿਜਲੀ ਸੋਧ 2020 ਤੇ ਕਿਸਾਨਾਂ ਦੇ ਇਤਰਾਜ਼ਾਂ ਨੂੰ ਦੂਰ ਕਰਨਾ ਵੀ ਲਾਜ਼ਮੀ ਹੈ। ਇਹ ਪੁੱਛੇ ਜਾਣ ਤੇ ਕਿ ਕੀ ਕਿਸਾਨ ਜਥੇਬੰਦੀਆਂ ਨੂੰ ਅਗਲੇ ਦੌਰ ਦੀ ਗੱਲਬਾਤ ਲਈ ਸੱਦਾ ਮਿਲੇ ਆ ਤਾਂ ਉਹਨਾਂ ਕਿਹਾ ਕਿ ਅਸੀਂ ਰਸਮੀ ਸੱਦੇ ਦਾ ਇੰਤਜ਼ਾਰ ਕਰ ਰਹੇ ਹਾਂ ਪਰ ਇੱਥੇ ਦੱਸਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇੱਕ ਨਹੀਂ ਉਹ ਕਹਿੰਦੇ ਕਈ ਵਾਰੀ ਆਖਿਆ ਕਿ ਮੈਂ ਇੱਕ ਫੋਨ ਕਾਲ ਦੀ ਦੂਰੀ ਤੇ ਆ ਤੇ ਜਾਂ ਫਿਰ ਸਰਕਾਰ ਉਹਨਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ ਕਹਿੰਦੇ ਬਸ ਅਸੀਂ ਰਸਮੀ ਸੱਦਾ ਉਡੀਕ ਰਹੇ ਹਾਂ ਜਦੋਂ ਕਹਿਣਗੇ ਜਿਹੜਾ ਸਮਾਂ ਦੇਣਗੇ ਸਥਾਨ ਦੇਣਗੇ ਅਸੀਂ ਗੱਲਬਾਤ ਵਾਸਤੇ ਤਿਆਰ ਹਾਂ ਤੇ ਨਾਲ ਕਹਿੰਦੇ ਸਰਕਾਰ ਦੇ ਵੱਲੋਂ ਖੇਤੀ ਕਾਨੂੰਨ ਡੇਢ ਸਾਲੀ ਮੁਤਲਕ ਕਰਦੀ ਜਦੋਂ ਤਜ਼ਰੀਬ ਦੇ ਬਾਰੇ ਪੁੱਛਿਆ ਤਾਂ ਉਹਨਾਂ ਨੇ ਤਰੀਕੇ ਨਾਲ ਜਵਾਬ ਦਿੱਤਾ ਕਹਿੰਦੇ ਸਜ਼ਾਏ ਮੌਤ ਸਜ਼ਾਏ ਮੌਤੇ ਹੁੰਦੀ ਹੈ ਭਾਵੇਂ ਉਹ ਪਹਿਲਾਂ ਹੋਵੇ ਭਾਵੇਂ ਉਹ ਬਾਅਦ ਵਿੱਚ ਹੋਵੇ ਅਸੀਂ ਕਹਿੰਦੇ ਹਾਂ ਕਿ ਇਹਨਾਂ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕਰੇ ਸਰਕਾਰ ਹੋਰ ਸਾਡੀ ਮੰਗ ਨਹੀਂ ਤੇ ਦੂਸਰੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਗੁਰਵਚਨ ਸਿੰਘ ਚਾਬਾ ਨੇ ਕਿਹਾ ਕਿ ਉਹਨਾਂ ਦੀ ਜਥੇਬੰਦੀ ਇਹਨਾਂ ਕਾਨੂੰਨਾਂ ਨੂੰ ਆਰਜ਼ੀ ਤੌਰ ਤੇ ਮੁਅਤਲ ਕੀਤੇ ਜਾਣ ਦੇ ਹੱਕ ਵਿੱਚ ਬਿਲਕੁਲ ਨਹੀਂ ਕਿਸਾਨ ਚੜ੍ਹਦੀ ਕਲਾ ਵਿੱਚ ਨੇ ਮੋਰਚਾ ਰੋਜ਼ਾਨਾ ਮਜ਼ਬੂਤ ਹੋ ਰਿਹਾ ਹੈ ਸਰਕਾਰ ਨੇ ਸਾਡੀ ਤਾਕਤ ਨੂੰ ਪਹਿਚਾਨ ਲਿਆ ਹੈ ਅਤੇ ਹੁਣ ਸਾਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਸੀਂ ਤਿੰਨੋਂ ਹੀ ਖੇਤੀ ਕਾਨੂੰਨ ਰੱਦ ਕੀਤੇ ਬਗੈਰ ਐਮਐਸਪੀ ਦੀ ਲਿਖਤੀ ਕਾਨੂੰਨੀ ਗਾਰੰਟੀ ਲੈ ਬਗੈਰ ਇਹ ਤੋਂ ਘੱਟ ਕਿਸੇ ਗੱਲ ਤੇ ਰਾਜ਼ੀ ਨਹੀਂ ਹੋਵਾਂਗੇ ਤੇ ਦੂਸਰੇ ਪਾਸੇ ਲੋਕ ਸਭਾ ਦੇ ਵਿੱਚ ਜਿਸ ਤਰ੍ਹਾਂ ਰਾਜ ਸਭਾ ਦੇ ਵਿੱਚ ਬੋਲੇ ਸੀ ਪ੍ਰਧਾਨ ਮੰਤਰੀ ਲੋਕ ਸਭਾ ਦੇ ਵਿੱਚ ਬੋਲੇ ਹੁਣ ਤੁਸੀਂ ਲੋਕ ਸਭਾ ਦੇ ਵਿੱਚ ਬੋਲਿਓ ਡੇਢ ਘੰਟਾ ਡੇਢ ਘੰਟਾ ਬੋਲਦਿਆਂ ਬੋਲਦਿਆਂ ਉਹਨਾਂ ਨੇ ਇੱਕ ਵਾਰ ਫਿਰ ਜਿਵੇਂ ਰਾਜ ਸਭਾ ਚ ਕਿਹਾ ਸੀ ਅੰਦੋਲਨ ਜੀਵੀਆਂ ਤੇ ਨਿਸ਼ਾਨਾ ਵੇਨੇ ਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਅੰਦੋਲਨ ਪਵਿੱਤਰ ਹੈ ਮੈਂ ਇਸ ਗੱਲ ਨੂੰ ਮੰਨਦਾ ਪਰ ਅੰਦੋਲਨ ਜੀਵੀ ਕਿਸਾਨਾਂ ਦੇ ਪਵਿੱਤਰ ਅੰਦੋਲਨ ਨੂੰ ਅਪਵਿੱਤਰ ਕਰ ਰਹੇ ਨੇ ਉਨਾ ਪਿਆ ਕਿ ਅੰਦੋਲਨਕਾਰੀ ਅਤੇ ਅੰਦੋਲਨ ਜੀਵੀਆਂ ਦੇ ਵਿੱਚ ਫਰਕ ਸਮਝਣਾ ਲਾਜ਼ਮੀ ਹੈ। ਅੰਦੋਲਨ ਜੀਵੀ ਹੈ ਜਿਹੜੇ ਉਹ ਭਾਰਤ ਨੂੰ ਗੁੰਮਰਾਹ ਕਰ ਰਹੇ ਹੈ। ਦੇਸ਼ ਨੂੰ ਗੁੰਮਰਾਹ ਕਰਨ ਵਾਲੇ ਦੀ ਪਛਾਣ ਕਰਨਾ ਲਾਜ਼ਮੀ ਹੈ। ਕਹਿੰਦੇ ਮੈਂ ਪੁੱਛਣਾ ਚਾਹੁੰਦਾ ਹੈ ਕਿ ਅੰਦੋਲਨ ਦੇ ਵਿੱਚ ਅਤਵਾਦੀਆਂ ਅਤੇ ਨਕਸਲੀਆਂ ਦੀ ਰਿਹਾਈ ਦੀ ਮੰਗ ਕਿਉਂ? ਅੰਦੋਲਨ ਤੇ ਦੰਗਾ ਦੀ ਦੰਗਾ ਕਰਨ ਵਾਲਿਆਂ ਦੀਆਂ ਤਸਵੀਰਾਂ ਕਿਉਂ? ਉਹਨਾਂ ਦੇ ਹੱਕ ਵਿੱਚ ਨਾਅਰੇ ਕਿਵੇਂ? ਭੰਨ ਤੋੜ ਹਿੰਸਾ ਨਾਲ ਅੰਦੋਲਨ ਕਲੰਕਿਤ ਹੁੰਦਾ ਹੈ। ਆਖਰਕਾਰ ਕਹਿੰਦੇ ਪੰਜਾਬ ਦੇ ਵਿੱਚ ਟੈਲੀਕਮ ਦੇ ਟਾਵਰਾਂ ਨੂੰ ਤੋੜਨ ਦਾ ਕਿਸਾਨ ਅੰਦੋਲਨ ਨਾਲ ਕੀ ਸਬੰਧ ਟੋਲ ਪਲਾਜ਼ਾ ਤਾਂ ਕਹਿੰਦੇ ਸਾਰੇ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਸਵਕਾਰ ਕੀਤੀ ਗਈ ਵਿਵਸਥਾ ਹੈ ਟੋਲ ਪਲਾਜ਼ਿਆਂ ਤੇ ਕਬਜ਼ੇ ਕਿਉਂ ਉੱਥੇ ਭੰਨ ਤੋੜ ਕਿਉਂ ਅੰਦੋਲਨ ਜੀ ਵੀ ਚੰਗਾ ਬੋਲਦੇ ਆ ਕਹਿੰਦੇ ਪਰ ਚੰਗਾ ਸੋਚਦੇ ਨਹੀਂ ਚੰਗਾ ਕਰਦੇ ਨਹੀਂ ਅੰਦੋਲਨ ਜੀ ਵੀ ਮਾਹੌਲ ਨੂੰ ਵਿਗਾੜਨ ਦਾ ਕੰਮ ਕਰਦੇ ਆ ਪ੍ਰਧਾਨ ਮੰਤਰੀ ਨੇ ਅੱਗੇ ਇਹ ਵੀ ਕਿਹਾ ਕਿ ਦੇਸ਼ ਵਿੱਚ ਇੱਕ ਬਹੁਤ ਵੱਡਾ ਵਰਗ ਹੈ ਉਹਨਾਂ ਦੀ ਪਹਿਚਾਣ ਆ ਹਮੇਸ਼ਾ ਸਹੀ ਗੱਲ ਬੋਲਣਾ ਸਹੀ ਗੱਲ ਕਹਿਣ ਚ ਕੋਈ ਬੁਰਾਈ ਵੀ ਨਹੀਂ ਪਰ ਇਸ ਵਰਗ ਨੂੰ ਅਜਾਹੇ ਲੋਕਾਂ ਨਾਲ ਨਫ਼ਰਤ ਹੈ ਜੋ ਸਹੀ ਕੰਮ ਕਰਦੇ ਆ ਇਹ ਫਰਕ ਸਮਝਣ ਵਾਲੀ ਗੱਲ ਹੈ ਇਹ ਚੀਜ਼ਾਂ ਨੂੰ ਸਿਰਫ ਬੋਲਣ ਵਿੱਚ ਵਿਸ਼ਵਾਸ ਰੱਖਦੇ ਨੇ ਚੰਗਾ ਕਰਨ ਵਿੱਚ ਉਹਨਾਂ ਨੂੰ ਭਰੋਸਾ ਨਹੀਂ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਦੇਸ਼ ਦੇ ਲੋਕ ਜਦੋਂ ਦੇਸ਼ ਤੇ ਲੋਕਾਂ ਦਾ ਪਸੀਨਾ ਲੱਗਦਾ ਤਾਂ ਦੇਸ਼ ਅੱਗੇ ਵਧਦਾ ਹੈ ਦੇਸ਼ ਲਈ ਪਬਲਿਕ ਸੈਕਟਰ ਜਿੰਨਾ ਲਾਜ਼ਮੀ ਹੈ ਤੇ ਪ੍ਰਾਈਵੇਟ ਸੈਕਟਰ ਦਾ ਯੋਗਦਾਨ ਵੀ ਜ਼ਰੂਰੀ ਹੈ। ਵਿਰੋਧੀ ਧਿਰ ਤੇ ਪ੍ਰਧਾਨ ਮੰਤਰੀ ਮੋਦੀ ਨੇ ਹਮਲਾ ਬੋਲਦਿਆਂ ਕਿਹਾ ਕਿ ਤੁਸੀਂ ਆਪਣੇ ਸਿਆਸੀ ਏਜੰਡੇ ਨੂੰ ਲੈ ਕੇ ਅੱਗੇ ਵਧੋ। ਅਸੀਂ ਦੇਸ਼ ਨੂੰ ਅੱਗੇ ਵਧਣ ਵਾਲੇ ਏਜੰਡੇ ਤੇ ਕੰਮ ਕਰਦੇ ਰਹਾਂਗੇ। ਉਹ ਕਹਿੰਦੇ ਅੱਜ ਲੋਕ ਸਭਾ ਦੇ ਵਿੱਚ ਜਦੋਂ ਰਾਸ਼ਟਰਪਤੀ ਦੇ ਭਾਸ਼ਣ ਤੇ ਚਰਚਾ ਕਰ ਰਹੇ ਸਨ ਉਹਦਾ ਜਵਾਬ ਦੇ ਰਹੇ ਸਨ। ਇਸੇ ਦੌਰਾਨ ਉਹਨਾਂ ਨੇ ਜਿੱਥੇ ਕੋਰੋਨਾ ਕਾਲ 'ਚ ਦੇਸ਼ ਦੀ ਮਜ਼ਬੂਤੀ ਦੀ ਗੱਲ ਕੀਤੀ ਕਿ ਮਜ਼ਬੂਤੀ ਦੇ ਨਾਲ ਅੱਗੇ ਵਧਿਆ ਉੱਥੇ ਹੀ ਉਹ ਆ ਕਿਸਾਨ ਮੁੱਦਿਆਂ ਤੇ ਵੀ ਗੱਲ ਕਰ ਰਹੇ ਸਨ ਆਪਣੇ ਭਾਸ਼ਣ ਦੌਰਾਨ ਉਹਨਾਂ ਨੇ ਕਿਸਾਨਾਂ ਦਾ ਮੁੱਦਾ ਚੁੱਕਿਆ ਉਹਨਾਂ ਕਿਹਾ ਕਿ ਇਸ ਕਰੋਨਾ ਕਾਲ ਦੇ ਵਿੱਚ ਤਿੰਨ ਖੇਤੀ ਕਾਨੂੰਨ ਵੀ ਲਿਆਂਦੇ ਗਏ ਕਿਸਾਨਾਂ ਦੀ ਜ਼ਿੰਦਗੀ ਬਦਲਣ ਲਈ ਗੰਭੀਰ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਖੇਤੀ ਸੈਕਟਰ ਵਿੱਚ ਸੁਧਾਰ ਲਿਆਉਣ ਲਈ ਇਹ ਤਿੰਨੇ ਬਿਲ ਬੜੇ ਜ਼ਰੂਰੀ ਸੀ ਖੇਤੀ ਖੇਤਰ ਨੂੰ ਨਵੀਆਂ ਚੁਣੌਤੀਆਂ ਨਾਲ ਲੜਖਣਾ ਵੀ ਬੜਾ ਜ਼ਰੂਰੀ ਹੈ ਉਨਾ ਕਿਹਾ ਕਿ ਕਾਂਗਰਸ ਦੇ ਸਾਥੀਆਂ ਨੇ ਜੋ ਚਰਚਾ ਕੀਤੀ ਹੈ ਉਸ ਵਿੱਚ ਕਾਨੂੰਨ ਦੇ ਰੰਗ ਤੇ ਬਹੁਤ ਚਰਚਾ ਹੋਈ ਕਿ ਕਾਲਾ ਹੈ ਇਹ ਚਿੱਟਾ ਕਹਿੰਦੇ ਚੰਗਾ ਹੁੰਦਾ ਕਾਨੂੰਨਾ ਦੇ ਕੰਟੈਂਟ ਤੇ ਵੀ ਚਰਚਾ ਕਰ ਲੈਂਦੇ ਤਾਂ ਕਿ ਦੇਸ਼ ਦੇ ਕਿਸਾਨਾਂ ਤੱਕ ਸਹੀ ਚੀਜ਼ ਪੁੱਜਦੀ ਹੋ ਸਕਦੀ ਉਹ ਕਹਿੰਦੇ ਕਿਸਾਨ ਗਲਤ ਧਾਰਨਾਵਾਂ ਦਾ ਸ਼ਿਕਾਰ ਨਹੀਂ ਉਹ ਕਿਵੇਂ ਨਹੀਂ ਕਹਿੰਦੇ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਆਂਦੋਲਨ ਵੀ ਕਰ ਰਹੇ ਆ ਸਾਰੇ ਕਿਸਾਨ ਭਰਾਵਾਂ ਦਾ ਇਹ ਸਾਧਨ ਆਦਰ ਕਰਦੀ ਹੈ ਆਦਰ ਕਰਦੀ ਵੀ ਰਹੇਗੀ ਸੀਨੀਅਰ ਮੰਤਰੀ ਕਹਿੰਦੇ ਕਿਸਾਨਾਂ ਨਾਲ ਲਗਾਤਾਰ ਗੱਲ ਵੀ ਕੀਤੀ ਜਾ ਰਹੇ ਨੇ ਤੇ ਗੱਲਬਾਤ ਜਾਰੀ ਵੀ ਰਹੇਗੀ ਇਹ ਗੱਲਬਾਤ ਕਹਿੰਦੇ ਉਦੋਂ ਵੀ ਕੀਤੀ ਜਾ ਰਹੀ ਸੀ ਜਦੋਂ ਇਹ ਅੰਦੋਲਨ ਪੰਜਾਬ ਦੇ ਵਿੱਚ ਸੀ ਹੁਣ ਦਿੱਲੀ 'ਚ ਬੈਠੇ ਆ ਤੇ ਹੁਣ ਵੀ ਗੱਲਬਾਤ ਕਰ ਰਹੇ ਆ ਇਹ ਕਾਨੂੰਨ ਕਿਸਾਨਾਂ ਵਾਸਤੇ ਕੋਈ ਬੰਦਾ ਨਹੀਂ ਕਾਨੂੰਨ ਦੇ ਵਿੱਚ ਜਦੋਂ ਖਾਮੀਆਂ ਦੀ ਗੱਲ ਤੁਰੀ ਉਹ ਕਹਿੰਦੇ ਕਿਸਾਨ ਅਫਵਾਹਾਂ ਦਾ ਸ਼ਿਕਾਰ ਹੋਇਆ ਹੈ ਕਾਨੂੰਨ 'ਚ ਖਾਮੀਆਂ ਨੇ ਤਾਂ ਅਸੀਂ ਬਦਲਾ ਲਈ ਤਿਆਰ ਆਂ ਅਸੀਂ ਹੁਣ ਵੀ ਗੱਲਬਾਤ ਲਈ ਤਿਆਰ ਆਂ ਅਸੀਂ ਕਿਸਾਨਾਂ ਦੀ ਉਡੀਕ ਕਰ ਰਹੇ ਆਂ ਪਰ ਮੈਂ ਤੁਹਾਨੂੰ ਹੁਣੇ ਹੀ ਖਬਰ ਸੁਣਾ ਰਿਹਾ ਸੀ ਕਿ ਕਿਸਾਨ ਤਾਂ ਕਹਿੰਦੇ ਅਸੀਂ ਰੋਜ਼ ਉਡੀਕਦੇ ਆਂ ਕਿ ਭਾਈ ਕੋਈ ਚਿੱਠੀ ਆਵੇ ਕੋਈ ਫੋਨ ਆਵੇ ਇਹ ਕਹਿੰਦੇ ਕਾਨੂੰਨ ਦੇ ਵਿੱਚ ਖਾਮੀਆਂ ਨਹੀਂ ਰਾਜੇਵਾਲ ਸਾਹਿਬ ਪਰਸੋਂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਵਿੱਚ ਦੱਸ ਰਹੇ ਸੀ ਕਿ ਬਾਈ ਖਾਮੀਆਂ ਤਾਂ ਲੇਖਤੀ ਰੂਪ ਵਿੱਚ ਅਸੀਂ ਦੇ ਕੇ ਆਏ ਆਂ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਕੋਈ ਖਾਮੀ ਨਹੀਂ ਜੇ ਕੋਈ ਖਾਮੀਆਂ ਉਹਨਾਂ ਸ਼ੰਕਾਵਾਂ ਦਾ ਹੱਲ ਕਰਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਕਿਸਾਨਾਂ ਨਾਲ ਸਨਮਾਨ ਦੀ ਭਾਵਨਾ ਨਾਲ ਗੱਲਬਾਤ ਲਈ ਤਿਆਰ ਆਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਭਾਰਤ ਵਿੱਚ ਕੋਈ ਮੰਡੀ ਬੰਦ ਨਹੀਂ ਹੋਈ ਅਤੇ ਨਾ ਹੀ ਐਮਐਸਪੀ ਕਹਿੰਦੇ ਨਵੇਂ ਕਾਨੂੰਨਾਂ ਨੇ ਕਿਸਾਨਾਂ ਤੋਂ ਕੁਝ ਨਹੀਂ ਖੋਇਆ ਕਿਸਾਨ ਦੱਸਣ ਕਿ ਉਹਨਾਂ ਤੋਂ ਉਹਨਾਂ ਦਾ ਕਿਹੜਾ ਹੱਕ ਖੋਹ ਲਿਆ ਗਿਆ ਇਹ ਸਾਰੀਆਂ ਗੱਲਾਂ ਪ੍ਰਧਾਨ ਮੰਤਰੀ ਸਾਹਿਬ ਨੇ ਲੋਕ ਸਭਾ ਵਿੱਚ ਬੋਲੀਆਂ ਨੇ ਹੁਣ ਜੇ ਇਹਨਾਂ ਦੇ ਉੱਤੇ ਟਿੱਪਣੀ ਕਰਨੀ ਹੋਵੇ ਉਹ ਕਹਿੰਦੇ ਕਿਸਾਨਾਂ ਦਾ ਸਨਮਾਨ ਹੈ ਕੀ ਕਿਸਾਨਾਂ ਦਾ ਸਨਮਾਨ ਡਾਂਗਾ ਮਾਰ ਕੇ ਹੁੰਦਾ ਕੀ ਕਿਸਾਨਾਂ ਦਾ ਸਨਮਾਨ ਅੰਦੋਲਨਕਾਰੀ ਕਹਿ ਲੋ ਜਾਂ ਤੁਸੀਂ ਉਹਨਾਂ ਨੂੰ ਅੰਦੋਲਨ ਜੀਵੀ ਕਹਿੰਦੇ ਹੋ ਕਿ ਉਹਨਾਂ ਦੇ ਆਲੇ ਦੁਆਲੇ ਕੰਡਿਆਲੀ ਤਾਰ ਲਾ ਕੇ ਹੁੰਦਾ ਕੀ ਕਿਸਾਨਾਂ ਦਾ ਸਨਮਾਨ ਨੁਕੀਲੀਆਂ ਕਿ ਲਾ ਲਾ ਕੇ ਹੁੰਦਾ ਸੜਕਾਂ ਤੇ ਕੀ ਕਿਸਾਨਾਂ ਦਾ ਸਨਮਾਨ ਉਹਨਾਂ ਦੀ ਬਿਜਲੀ ਦੇ ਕਨੈਕਸ਼ਨ ਕੱਟ ਕੇ ਹੁੰਦਾ ਕੀ ਪਾਣੀ ਦੀ ਸਪਲਾਈ ਬੰਦ ਕਰਕੇ ਹੁੰਦਾ ਕੀ ਨੈਟ ਬੰਦ ਕਰਕੇ ਹੁੰਦਾ ਕਿ ਉਹਨਾਂ ਦੇ ਨਾਲ 22 ਜਨਵਰੀ ਤੋਂ ਬਾਅਦ ਕੋਈ ਗੱਲ ਨਹੀਂ ਕੀਤੀ ਗਈ ਕਿ ਇੰਜ ਹੁੰਦਾ ਤੁਸੀਂ ਕਹਿੰਦੇ ਹੋ ਇੱਕ ਫੋਨ ਕਾਲ ਦੀ ਦੂਰੀ ਈ ਤੀਆਂ ਤੁਸੀਂ ਕਹਿੰਦੇ ਹੋ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ ਅੱਜ ਵੀ ਸੰਯੁਕਤ ਕਿਸਾਨ ਮੋਰਚਾ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਵੀ ਜ਼ਿਕਰ ਕੀਤਾ ਕਿ ਅਸੀਂ ਤਾਂ ਰਸਮੀ ਤੌਰ ਤੇ ਗੱਲਬਾਤ ਦਾ ਸੱਦਾ ਉਡੀਕ ਰਿਆਂ ਗੱਲਬਾਤ ਲਈ ਜਾਵਾਂਗੇ ਉਹ ਕਹਿੰਦੇ ਜਿਹੜਾ ਵਾਰ-ਵਾਰ 22 ਜਨਵਰੀ ਦੀ ਗੱਲਬਾਤ ਤੋਂ ਬਾਅਦ ਡੈਡਲੌਕ ਜਿਹੜਾ ਬਣਿਆ ਹੋਇਆ ਉਹਦੇ ਤੋਂ ਬਾਅਦ ਲਗਾਤਾਰ ਮੰਤਰੀ ਵੀ ਕਹੀ ਜਾਂਦੇ ਨੇ ਪ੍ਰਧਾਨ ਮੰਤਰੀ ਵੀ ਕਹੀ ਜਾਂਦੇ ਨੇ ਕਿ ਕਾਨੂੰਨ ਵਿੱਚ ਖਾਮੀ ਨੇ ਕਹਿੰਦੇ ਫੇਰ ਦੱਸਿਆਵਾਂਗੇ ਉਹਨਾਂ ਤਾਂ ਇਹ ਵੀ ਆਖ ਦਿੱਤਾ ਕਿ ਜਨਿੰਦਰ ਜੇ ਨਰਿੰਦਰ ਸਿੰਘ ਤੋਮਰ ਨੂੰ ਸਮਝ ਨਹੀਂ ਆਉਂਦੀ ਨਾ ਤਾਂ ਫਿਰ ਕਿਸੇ ਨੂੰ ਹੋਰ ਭੇਜ ਦੇਣ ਉਹ ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਖੁਦ ਆ ਜਾਣ ਹੁਣ ਤੱਕ ਅਸੀਂ ਨਰਿੰਦਰ ਤੋਮਰ ਨੂੰ ਪਿਊਸ਼ ਗੋਲ ਨੂੰ ਤੇ ਸੋਮ ਪ੍ਰਕਾਸ਼ ਨੂੰ ਦੱਸਦੇ ਰਹੇ ਹਾਂ ਹੁਣ ਪ੍ਰਧਾਨ ਮੰਤਰੀ ਨੂੰ ਦੱਸ ਦੇਵਾਂਗੇ ਵੀ ਭਾਈ ਇਹਦੇ ਵਿੱਚ ਖਾਮੀਆਂ ਕਿਹੜੀਆਂ ਨੇ ਅਗਲੀ ਖਬਰ ਇਹ ਬੜੀ ਮੰਦ ਭਾਗੀ ਜੀ ਖਬਰ ਹੈ ਸਿੰਘੂ ਸਰਹੱਦ ਤੋਂ ਖਬਰ ਮਿਲੀ ਹੈ ਇੱਕ ਕਿਸਾਨ ਹੋਰ ਸ਼ਹੀਦ ਹੋ ਗਿਆ ਮੋਗਾ ਜਿਹੜੇ ਨਾਲ ਸੰਬੰਧਤ ਹੈ ਪਿੰਡ ਰੌਲੀ ਰੌਲੀ ਦੇ 65 ਵਰਿਆਂ ਦੇ ਕਿਸਾਨ ਦਰਸ਼ਨ ਸਿੰਘ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋਈ ਹੈ। ਹੁਣ ਤੱਕ ਜਾਣਕਾਰੀ ਦੇ ਅਨੁਸਾਰ ਮੂਗਾ ਜ਼ਿਲ੍ਹੇ ਦੇ 7 ਕਿਸਾਨ ਇਸ ਦਿੱਲੀ ਦੇ ਧਰਨੇ ਦੇ ਵਿੱਚ ਆਪਣੀ ਜਾਨ ਕੁਰਬਾਨ ਕਰ ਚੁੱਕੇ ਐ ਅਤੇ ਉਹ ਭਾਰਤੀ ਕਿਸਾਨ ਯੂਨੀਕ ਕਾਦੀਆਂ ਦੇ ਸਰਗਰਮ ਵਰਕਰ ਸਨ। ਸੋ ਦੋਸਤੋ ਹੁਣ ਤੱਕ ਜਿੰਨੀਆਂ ਵੀ ਜਾਨਾਂ ਗਈਆਂ ਨੇ ਅਸੀਂ ਉਹਨਾਂ ਨੂੰ ਸ਼ਰਧਾ ਅਤੇ ਸਤਕਾਰ ਭੇਂਟ ਕਰਦੇ ਹਾਂ। ਪਰ ਪ੍ਰਧਾਨ ਮੰਤਰੀ ਸਾਹਿਬ ਦਾ ਕੋਈ ਸ਼ਬਦ ਇਸ ਤਰੀਕੇ ਦਾ ਸੁਣਨ ਨੂੰ ਨਹੀਂ ਮਿਲਿਆ ਕਿ ਜਿੰਨੀਆਂ ਜਾਨਾਂ ਚਲੇ ਗਈਆਂ ਭਾਈ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਦੇ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਟੈਲੀਕਾਮ ਦੇ ਹੋਏ ਟਾਵਰਾਂ ਦਾ ਨੁਕਸਾਨ ਰੜਕ ਰਿਹਾ ਹੈ ਉਹਨਾਂ ਨੂੰ ਜਾਨਾਂ ਦੀ ਕੋਈ ਫਰਵਾਹ ਨਹੀਂ ਉਹਨਾਂ ਨੇ ਬੀਤੇ ਦਿਨੀਂ ਕਿਹਾ ਸੀ ਕਿ ਬਜ਼ੁਰਗ ਕਿਸਾਨ ਬੀਬੀਆਂ ਚਲੇ ਜਾਣ ਇਹ ਗੱਲ ਸੁਪਰੀਮ ਕੋਰਟ ਵੀ ਕਹਿੰਦੀ ਸੀ ਇਹ ਗੱਲ ਨਰਿੰਦਰ ਸਿੰਘ ਤੋਮਰ ਵੀ ਕਹਿੰਦੇ ਆ ਪਰ ਪੱਤਰਕਾਰ ਭਾਈ ਚਰਣ ਜਦੋਂ ਜਾ ਕੇ ਬੀਬੀਆਂ ਨੂੰ ਬਜ਼ੁਰਗਾਂ ਨੂੰ ਤੇ ਕਿਸਾਨਾਂ ਨੂੰ ਪੁੱਛਿਆ ਸੀ ਕਿ ਸੁਪਰੀਮ ਕੋਰਟ ਵੀ ਕਹਿੰਦੀ ਐ ਸਰਕਾਰ ਵੀ ਕਹਿੰਦੀ ਐ ਘਰਾਂ ਨੂੰ ਚਲੇ ਜਾਓ ਉਹ ਕਹਿੰਦੇ ਕਿਉਂ ਜਾਈਏ ਬਈ ਸਾਨੂੰ ਸਾਡਾ ਹੱਕ ਦੇਣ ਚਲੇ ਜਾਵਾਂਗੇ ਉਹ ਕਹਿੰਦੇ ਅਸੀਂ ਕੋਈ ਖੁਸ਼ਲਬਤੀ ਥੋੜੀ ਬੈਠੇ ਆ ਅਸੀਂ ਆਪਣਾ ਹੱਕ ਲੈਣ ਆਇਆ ਤੇ ਉਹਨਾਂ ਵਿੱਚੋਂ ਬਹੁ ਗਿਣਤੀ ਦਾ ਇਹ ਕਹਿਣਾ ਸੀ ਕਿ ਕੋਈ ਗੱਲ ਨਹੀਂ ਆ 2.500 ਹੀ ਹਜੇ ਜਾਨ ਕੁਰਬਾਨ ਕਰਕੇ ਗਿਆ ਪਤਾ ਨਹੀਂ ਇਹਦੇ ਨਾਲ ਸਿਫਰਾਂ ਹਲੇ ਕਿੰਨੀਆਂ ਲੱਗਣਗੀਆਂ ਉਹ ਸਿਫਰਾਂ ਲਾਉਣ ਵਾਸਤੇ ਅਸੀਂ ਤਿਆਰ ਆ ਪਰ ਜਿੰਨੀ ਦੇਰ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ ਘਰ ਵਾਪਸੀ ਨਹੀਂ ਹੋਵੇਗੀ ਇਹ ਇਕੱਲੇ ਕਿਸਾਨ ਆਗੂ ਨਹੀਂ ਆਖ ਰਹੇ ਇਹ ਉਸ ਅੰਦੋਲਨ ਦੇ ਵਿੱਚ ਬੈਠੇ ਕਿਸਾਨ ਬੀਬੀਆਂ ਬਜ਼ੁਰਗ ਬੱਚੇ ਨੌਜਵਾਨ ਹਰ ਇੱਕ ਦੀ ਜ਼ੁਬਾਨ ਤੇ ਇਹੋ ਹੀ ਗੱਲ ਹੈ ਤੇ ਅੱਜ ਖਬਰ ਇਹ ਵੀ ਮਿਲੀ ਸੀ ਕਿ ਇਸ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਦੇ ਵਾਸਤੇ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੇ ਕੁਝ ਯੂਨੀਅਰ ਤੇ ਕੁਝ ਸੀਨੀਅਰ ਕਲਾਕਾਰ ਬਸ ਪਰਕੇ ਗਏ ਹੈ ਗੁਰਪ੍ਰੀਤ ਘੁੱਗੀ ਹੋਰਾਂ ਨੇ ਲਾਈਵ ਹੋ ਕੇ ਉਚੇਚੇ ਤੌਰ ਤੇ ਦੱਸਿਆ ਸੀ ਕਿ ਅਸੀਂ ਇਸ ਮੋਰਚੇ ਦੇ ਵਿੱਚ ਹੋਰ ਮਜ਼ਬੂਤੀ ਵਾਲਾ ਰੰਗ ਭਰਨ ਦੇ ਵਾਸਤੇ ਦਿੱਲੀ ਮੋਰਚੇ ਵੱਲ ਜਾ ਰਹੇ ਹਾਂ ਖਬਰ ਬੱਬੂ ਮਾਨ ਦੀ ਵੀ ਮਿਲੀ ਹੈ ਕਿ ਉਹ ਵੀ ਉੱਥੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੂੰ ਸੰਬੋਧਨ ਵੀ ਕਰਕੇ ਆਇਆ ਕੁਝ ਗੀਤ ਸੁਣਾ ਕੇ ਉਹਨਾਂ ਦਾ ਮਨੋਰੰਜਨ ਵੀ ਕਰਕੇ ਆਇਆ ਸੋ ਪਾਲੀਵੁੱਡ ਵੀ ਲੱਗਿਆ ਹੋਇਆ ਤੇ ਹਾਲੀਵੁੱਡ ਵੀ ਲੱਗਿਆ ਹੋਇਆ ਬਾਲੀਵੁੱਡ ਲੱਗਿਆ ਹੋਇਆ ਉਹ ਆਪਣੇ ਕੰਮਕਾਰ ਚ ਲੱਗਿਆ ਹੋਇਆ ਹਰ ਇੱਕ ਬੰਦੇ ਨੂੰ ਪ੍ਰਮਾਤਮਾ ਕੰਮ ਲਾ ਕੇ ਭੇਜਦਾ ਕਿਸੇ ਨਾ ਕਿਸੇ ਚੀਜ਼ ਦੀ ਵਿਰੋਧਤਾ ਕਰਨੀ ਹੁੰਦੀ ਹੈ ਕਿਸ ਨੇ ਹਮਾਇਤ ਕਰਨੀ ਹੁੰਦੀ ਹੈ ਤੇ ਕਿਸ ਨੇ ਚੁੱਪ ਵਟਣੀ ਹੁੰਦੀ ਹੈ ਹਰ ਇੱਕ ਤਰੀਕੇ ਨਾਲ ਆਪੋ ਆਪਣੇ ਕੰਮ ਲੋਕ ਕਰੀ ਜਾ ਰਹੇ ਹੈ ਤੇ ਦੀਪ ਸਿੱਧੂ ਤੋਂ ਬਾਅਦ ਖਬਰ ਮਿਲੀ ਸੀ ਕਿ ਭਾਈ ਇਕਬਾਲ ਸਿੰਘ ਹੋਰਾਂ ਨੂੰ ਵੀ ਹੁਸ਼ਿਆਰਪੁਰ ਦੇ ਵਿੱਚੋਂ ਬੀਤੀ ਦੇਰ ਰਾਤ ਗ੍ਰਿਫਤਾਰ ਕਰ ਲਿਆ ਗਿਆ ਸੀ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਤੇ 7 ਦਿਨ ਦਾ ਉਹਨਾਂ ਦਾ ਪੁਲਿਸ ਰਿਮਾਂਡ ਲੈ ਲਿਆ ਪਰ ਦਿੱਲੀ ਪੁਲਿਸ ਨੇ ਇਹ ਗੱਲ ਜ਼ਾਹਿਰ ਕੀਤੀ ਹੈ ਕਿ ਦੀਪ ਸਿੱਧੂ ਅਤੇ ਇਕਬਾਲ ਸਿੰਘ ਦੇ ਵਿਚਕਾਰ ਫੋਨ ਤੇ ਗੱਲਬਾਤ ਕੋਈ ਨਹੀਂ ਸੀ ਹੋਈ ਦਿੱਲੀ ਪੁਲਿਸ ਨੇ ਖੁਲਾਸਾ ਕੀਤਾ ਸੁਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਹੋਰ ਇਸ ਕਿਸਾਨ ਅੰਦੋਲਨ ਦੇ ਨਾਲ ਮਿਲ ਖਬਰਾਂ ਜੁੜੀਆਂ ਮਿਲਣਗੀਆਂ ਤੇ ਅੱਜ ਜਗਰਾਉ ਮੰਡੀ ਦੇ ਵਿੱਚ ਪੰਜਾਬ ਦੀ ਪਹਿਲੀ ਮਹਾ ਪੰਚਾਇਤ ਹੋਣੀ ਹੈ ਸੁਵੇਖਦੇ ਹਾਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਮਹਾ ਪੰਚਾਇਤ ਦੇ ਵਿੱਚ ਲੋਕ ਪਹੁੰਚਦੇ ਐ ਤੇ ਫਿਰ ਜਿਹੜੇ ਆਗਾਮੀ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚਾ ਵੱਲੋਂ ਉਲੀਕੇ ਗਏ ਆ ਉਹਨਾਂ ਨੂੰ ਕਿਸ ਤਰ੍ਹਾਂ ਦਾ ਸਮੁੱਚੇ ਭਾਰਤ ਵਿੱਚੋਂ ਸਮਰਥਨ ਮਿਲਦਾ ਜਿਸ ਤਰ੍ਹਾਂ ਦੀਆਂ ਖਬਰਾਂ ਹੋਈਆਂ ਪਹਿਲ ਦੇ ਆਧਾਰ ਤੇ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਹੁਣ ਸਮੇਂ ਦੀ ਸਮਾਪਤੀ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ